ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਅਸੀਂ ਇੱਕ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਦੇ ਲਈ, ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ। ਇਕਬਾਲ ਮਾਲ, ਮੈਨੂੰ ਲੱਗਦਾ ਨਹੀਂ ਕਿ ਜਿਹੜਾ ਵੀ ਪੰਜਾਬੀ ਕੋਈ ਇੱਥੇ ਕੈਨੇਡਾ ਦੇ ਵਿੱਚ ਰਹਿੰਦਾ, ਮੀਡੀਆ ਦੇ ਨਾਲ ਜੁੜਿਆ, ਜਾਂ ਕਦੇ ਵੀ ਉਹਨੇ ਟੀ ਵੀ ਦੇਖਿਆ ਸੁਣਿਆ ਹੋਵੇ, ਉਹਨੂੰ ਇਕਬਾਲ ਮਾਲ ਦਾ ਨਾਂ ਨਾ ਪਤਾ ਹੋਵੇ, ਜਿਹੜਾ ਵੀ ਪੰਜਾਬੀ ਗਾਇਕੀ ਨੂੰ ਜਾਣਦਾ, ਪੰਜਾਬੀ ਸਾਹਿਤ ਨੂੰ ਜਾਣਦਾ, ਉਹਨੇ ਇਕਬਾਲ ਮਾਲ ਦਾ ਨਾਂ ਨਾ ਸੁਣਿਆ ਹੋਵੇ। ਟੋਰਾਂਟੋ ਤੋਂ ਖਾਸ ਤੌਰ 'ਤੇ ਸਰੀ ਆਏ ਨੇ, ਅਸੀਂ ਅੱਜ ਉਹਨਾਂ ਨੂੰ ਆਪਣੇ ਸਰੀ ਸਟੂਡੀਓ ਦੇ ਵਿੱਚ ਤੁਹਾਡੇ ਰੂਬਰੂ ਕਰਵਾ ਰਹੇ ਹਾਂ, ਤੁਹਾਡੇ ਨਾਲ ਗੱਲਬਾਤ ਕਰਵਾ ਰਹੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਕਬਾਲ ਮਾਲ ਉਹਨਾਂ ਦੀ ਸ਼ਖਸੀਅਤ ਬਾਰੇ, ਜਿੱਥੇ ਉਹਨਾਂ ਦੇ ਸਾਹਿਤ ਦੇ ਖੇਤਰ ਵਿੱਚ ਉਹਨਾਂ ਦੀ ਰਚਨਾ ਪ੍ਰਕਿਰਿਆ ਬਾਰੇ ਗੱਲਬਾਤ ਕਰਾਂਗੇ। ਡੌਗੀਟੇਲ ਡਰਾਈਵ ਜਿਹੜਾ ਨਾਵਲ ਸੀ ਉਹਨਾਂ ਦਾ, ਇੱਦਾਂ ਦਾ ਨਾਵਲ ਪੰਜਾਬੀ ਦੇ ਵਿੱਚ ਜਿਹਦਾ ਇੱਕ ਵੱਖਰਾ ਥਾਂ ਆ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਜਗਜੀਤ ਸਿੰਘ, ਚਿਤਰਾ ਸਿੰਘ, ਗੁਰਦਾਸ ਮਾਨ, ਸਤਿੰਦਰ ਸਰਤਾਜ, ਪਤਾ ਨਹੀਂ ਕਿੰਨੇ ਕੁ ਨਾਂ ਨੇ ਜਿਹੜੇ ਪਹਿਲੀ ਵਾਰ ਪੰਜਾਬੀ ਸਰੋਤਿਆਂ ਦੇ ਰੂਬਰੂ ਕੈਨੇਡਾ ਦੇ ਵਿੱਚ ਇਕਬਾਲ ਮਾਲ ਨੇ ਉਹਨਾਂ ਨੂੰ ਇੱਥੇ ਕਰਵਾਇਆ। ਉਹਨਾਂ ਦਾ ਟੀ ਵੀ ਸ਼ੋਅ ਤੁਸੀਂ ਦੇਖਦੇ ਹੋ ਲਗਾਤਾਰ, ਛੋਟੇ ਕਈ ਤਾਂ ਜਿਹੜੇ ਬਚਪਨ ਤੋਂ ਦੇਖਦੇ ਆਏ, 1980-81 ਦਾ ਸ਼ੁਰੂ ਹੋਇਆ, ਅੱਜ 2019 ਆ ਗਿਆ, ਟੀ ਵੀ ਦੇ ਉੱਤੇ ਉਹਨਾਂ ਨੂੰ ਅਸੀਂ ਦੇਖਦੇ ਆਏ ਹਾਂ। ਸੋ ਅੱਜ ਉਹਨਾਂ ਦੇ ਨਾਲ ਖੁੱਲ੍ਹੀਆਂ ਗੱਲਾਂ, ਉਹਨਾਂ ਦੀ ਲਾਈਫ ਬਾਰੇ, ਉਹਨਾਂ ਦੇ ਵਿਜ਼ਨ ਬਾਰੇ, ਉਹਨਾਂ ਦੀ ਲੇਖਣੀ ਬਾਰੇ, ਉਹਨਾਂ ਦੇ ਸਾਹਿਤ ਅਤੇ ਕਲਾ ਨਾਲ ਪਿਆਰ ਬਾਰੇ ਅਸੀਂ ਮਿਲ ਰਹੇ ਹਾਂ ਅੱਜ ਇਕਬਾਲ ਮਾਲ ਜੀ ਨੂੰ। ਮਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਹਾਂ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਮਾਲ ਸਾਹਿਬ, ਤੁਸੀਂ ਦੁਨੀਆ ਬਦਲਦੀ ਦੇਖੀ ਇੱਥੇ, ਖਾਸ ਕਰ ਸਾਡੀ ਕਮਿਊਨਿਟੀ। ਹਾਂਜੀ, ਜਦੋਂ ਤੁਸੀਂ ਟੀ ਵੀ ਦੇ ਵਿੱਚ ਆਏ ਸੀ, ਤੁਸੀਂ ਸ਼ੁਰੂ ਕੀਤਾ ਸੀ 80-81 ਦੇ ਵਿੱਚ, ਹੁਣ ਤੱਕ ਮੈਨੂੰ ਲੱਗਦਾ ਬਹੁਤ ਪਰਿਵਰਤਨ ਆਇਆ, ਸੈਂਕੜੇ 24 ਘੰਟੇ ਪੰਜਾਬੀ ਦੇ ਚੈਨਲ ਨੇ ਇਸ ਵੇਲੇ ਜਿਹੜੇ ਚੱਲ ਰਹੇ, 6-6, 8-8, 10-10, 20-20 ਚੈਨਲ ਚੱਲ ਰਹੀ ਹੈ। ਬਿਲਕੁਲ ਬਿਲਕੁਲ, ਬਾਕਸ ਆਏ ਨੇ ਨਾ। ਹਾਂਜੀ ਹਾਂਜੀ, ਉਹਦੇ ਨਾਲ ਜਿੰਨੇ ਵੀਡੀਓਗ੍ਰਾਫਰ ਸੀ ਨਾ ਲੋਕਾਂ ਦੇ ਵਿਆਹ ਸ਼ਾਦੀਆਂ ਦੇ, ਉਹਨਾਂ ਨੇ ਵੀ ਆਪਣੀਆਂ ਚੈਨਲਾਂ ਖੋਲ੍ਹ ਲਈਆਂ। ਕੀ ਤੁਹਾਨੂੰ ਇਹ ਤਬਦੀਲੀ ਚੰਗੀ ਲੱਗਦੀ ਹੈ ਜਾਂ ਕੀ ਲੱਗਦਾ? ਨਹੀਂ, ਮੈਨੂੰ ਇੱਕ ਪੱਖੋਂ ਤਾਂ ਬਹੁਤ ਚੰਗੀ ਲੱਗਦੀ ਜੀ, ਉਹ ਇਸ ਪੱਖੋਂ ਕਿ ਸਾਡੀ ਬੋਲੀ ਦਾ ਵਿਸਤਾਰ ਹੋ ਰਿਹਾ ਰੇਡੀਓ ਵੀ ਬੜੇ ਹੋ ਗਏ ਨੇ, ਟੀ ਵੀ ਮਾਧਿਅਮ ਹੋ ਗਿਆ, ਔਰ ਮੈਨੂੰ ਇਸ ਗੱਲ ਦੀ ਐਕਸੈਪਟ ਕਰਨ 'ਚ ਕੋਈ ਗੱਲ ਨਹੀਂ ਕਿ ਬਹੁਤ ਚੰਗੀਆਂ ਦਿਸ਼ਾ ਵੱਲ ਵੀ ਜਾ ਰਹੇ ਨੇ ਜੀ, ਹੈ ਨਾ। ਹਰ ਬੰਦਾ ਨੈਗੇਟਿਵ ਸੋਚ ਨਹੀਂ ਹੈ, ਪੋਜ਼ੀਟਿਵ ਹੈ, ਜੇ ਹੁਣ ਤੁਸੀਂ ਕਰਦੇ ਹੋ ਹੋਰ ਵੀਰ ਕਈ ਕਰਦੇ ਨੇ। ਕਾਸ਼ ਹਰ ਬੰਦਾ ਕੁਆਲਿਟੀ ਵਾਲਾ ਕੰਮ ਕਰੇ, ਹੁਣ ਹਰ ਬੰਦਾ ਇੱਕੋ ਜਿਹੀ ਰੋਟੀ ਤਾਂ ਪਕਾ ਨਹੀਂ ਸਕਦਾ, ਟੱਬਰ ਦੇ ਜੀ ਵੱਖ ਵੱਖ ਹੱਥ ਹੁੰਦੇ ਨੇ। ਜਿਹੜੀ ਕੁਆਲਿਟੀ ਹੈ ਨਾ, ਉਹ ਥੋੜ੍ਹੀ ਜਿਹੀ ਮੇਨਟੇਨ ਰੱਖੀ ਜਾਵੇ ਤਾਂ ਸਾਡਾ ਹੋਰ ਵੀ ਮਿਆਰ ਉੱਚਾ ਹੋ ਸਕਦਾ, ਮੈਂ ਤਾਂ ਇਹੀ ਸੋਚਦਾ। ਬਾਕੀ ਮੈਂ ਖੁਸ਼ ਹਾਂ ਜੋ ਹੋ ਰਿਹਾ ਪਰਿਵਰਤਨ, ਇਹ ਤਾਂ ਇਨੈਵਿਟੇਬਲ ਹੈ, ਇਹ ਤਾਂ ਹੋਣਾ ਹੀ ਹੋਣਾ, ਅਤੇ ਉਹ ਚੰਗੀ ਦਿਸ਼ਾ 'ਚ ਹੋ ਰਿਹਾ, ਲਗਭਗ ਚੰਗੀ ਦਿਸ਼ਾ। ਪਿੱਛੇ ਇੱਕ ਦੋ ਗੱਲਾਂ ਨੇ ਇੱਧਰ ਉੱਧਰ ਵੀ ਹੋਣਗੀਆਂ ਮੇਰੇ। ਬਾਕੀ ਠੀਕ, ਉਸ ਵੇਲੇ ਜਿਹੜੇ ਲੋਕ ਸੀ ਅਸਟੈਬਲਿਸ਼ ਹੋ ਜਾਂਦੇ ਸੀ ਇਕਬਾਲ ਮਾਲ ਟੀ ਵੀ 'ਤੇ ਆਉਂਦੇ, ਇਕੱਲੇ ਇਕੱਲੇ ਨੂੰ ਕੈਨੇਡਾ ਦੇ ਵਿੱਚ ਪਤਾ ਹੁੰਦਾ ਸੀ, ਚਾਹੇ ਇਸ ਕੋਰਸ ਤੋਂ ਦੂਜੀ ਕੋਰਸ ਤੱਕ। ਹੁਣ ਇੱਕ ਵਾਰੀ ਖੰਘੇ ਵੀ ਸੀ ਤਾਂ ਵੀ ਦਾਦੇ ਭਾਅ ਜੀ, ਅੱਜ ਤੁਸੀਂ ਦੋ ਵਾਰੀ ਖੰਘੇ ਹੋ। ਹਾਂ, ਉਹ ਜਦ ਬਹੁਤਾਤ ਹੋ ਜਾਂਦੀ ਆ ਤਾਂ ਫਿਰ ਅਸੀਂ ਤਾਂ ਆਟੇ 'ਚ ਲੂਣ ਵੀ ਨਹੀਂ ਹੈ। ਮੈਂ ਤਾਂ ਅੱਧੇ ਘੰਟੇ ਦਾ ਪ੍ਰੋਗਰਾਮ ਹੀ ਇੱਕ ਹਫ਼ਤੇ ਬਾਅਦ ਕਰਦਾ, ਅਤੇ ਉਹ ਅੱਜ ਕੱਲ੍ਹ ਦੂਜਾ ਜਿਹੜੀ ਖਾਸ ਗੱਲ ਹੈ ਕਿ ਜਿੰਨੇ ਇੰਡੀਆ ਦੇ ਸਟੇਸ਼ਨ ਨੇ, ਹੈ ਨਾ ਜੀ, ਜਿੱਦਾਂ PTC ਇਹ ਉਹ ਸਾਰੇ ਇੱਥੇ ਉਪਲਬਧ ਨੇ। ਦੂਰਦਰਸ਼ਨ ਵੀ ਆ ਜਾਂਦਾ, ਖਬਰਾਂ ਵੀ ਆ ਜਾਂਦੀਆਂ, ਸਵੇਰੇ ਹਰਿਮੰਦਰ ਸਾਹਿਬ ਤੋਂ ਕੀਰਤਨ ਵੀ ਆ ਜਾਂਦਾ। ਉਹਦੇ ਵਿਸਤਾਰ ਨਾਲ ਜਿਹੜੀ ਨਵੀਂ ਜਨਰੇਸ਼ਨ, ਜਿਹੜੇ ਪਿਛਲੇ 10-10 ਸਾਲਾਂ ਦੇ, ਕਹਿੰਦੇ ਇਹ ਵੀ ਨਹੀਂ ਪਤਾ ਇਕਬਾਲ ਮਾਲ ਕੌਣ ਹੈ। ਮੈਂ ਮਾਲ ਸਾਹਿਬ ਹੋਰ ਤਰ੍ਹਾਂ ਸੋਚਦਾ। ਹਾਂਜੀ, ਮੈਨੂੰ ਲੱਗਦਾ ਜਿਹੜੇ ਪਹਿਲੇ ਲੋਕ ਸੀ ਇੱਥੇ, ਉਹਨਾਂ ਨੂੰ ਨਵਿਆਂ ਦਾ ਕਿਸੇ ਨੂੰ ਨਹੀਂ ਪਤਾ, ਉਹਨਾਂ ਨੂੰ ਇਕਬਾਲ ਮਾਲ ਜਾਂ ਉਸ ਪੀੜ੍ਹੀ ਦੇ ਪਤਾ ਵੀ ਹਾਂਜੀ ਤੁਸੀਂ ਟੀ ਵੀ 'ਤੇ ਆਉਂਦੇ ਹੋ, ਭਾਵੇਂ ਹਫ਼ਤੇ 'ਚ ਅੱਧਾ ਘੰਟਾ ਆਉਂਦੇ ਹੋ, 24 ਘੰਟੇ ਵਾਲੇ ਨੂੰ ਲੋਕ ਪਛਾਣ ਨਹੀਂ ਬਣਦੀ, ਉਹ ਅਸਟੈਬਲਿਸ਼ ਨਹੀਂ ਹੋ ਰਿਹਾ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਉਹਦੇ 'ਚ ਵੀ ਕਈਆਂ ਨੇ ਆਪਣੀ ਆਈਡੈਂਟੀ ਬਰਕਰਾਰ ਰੱਖੀ, ਬਣਾਇਆ ਆਪਣੇ ਆਪ ਨੂੰ। ਅੱਜ ਇੱਕ ਭੈਣ ਜੀ ਮਿਲੇ ਸੀ, ਉਹ ਵੀ ਮੇਰੀ ਉਮਰ ਦੇ ਸੀ, ਮੈਨੂੰ ਥੋੜ੍ਹੇ ਜਿਹੇ ਵੱਡੇ ਵੀ ਸੀ, 80s ਦੇ ਸੀ। ਅੱਛਾ ਜੀ। ਤਾਂ ਉਹਨਾਂ ਨੇ ਕਿਹਾ, ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਉੱਥੇ ਆਵਾਂਗਾ, ਤਾਂ ਉਹ ਬੜੇ ਖੁਸ਼ ਹੋ ਕੇ ਮਿਲੇ, ਬੜੇ ਪਿਆਰ ਨਾਲ ਮਿਲੇ, ਅਤੇ ਉਹਨਾਂ ਨੇ ਦੱਸਿਆ ਕਿ ਮੈਂ ਸਾਰੀ ਦੁਨੀਆ ਦੇ ਕੰਮ ਛੱਡ ਕੇ 10 ਵਜੇ ਬਹਿ ਜਾਂਦੀ ਹਾਂ, ਇਕਬਾਲ ਮਾਲ ਨੇ ਬੋਲਣਾ, ਤਾਂ ਉਹਨਾਂ ਨੂੰ ਚੰਗਾ ਲੱਗਦਾ। ਕੀ ਚੰਗਾ ਲੱਗਦਾ ਮੈਂ ਪੁੱਛਿਆ, ਕਹਿੰਦੇ ਇੱਕ ਤਾਂ ਤੁਸੀਂ ਜ਼ੁਬਾਨ ਸਾਫ਼ ਬੋਲਦੇ ਜੀ, ਦੂਸਰਾ ਜਿਹੜੀ ਥੋੜ੍ਹੀ ਸ਼ੇਅਰ ਪੜ੍ਹਦੇ ਹੋ ਉਹ ਬਹੁਤ ਸੋਹਣੇ ਹੁੰਦੇ ਨੇ, ਉਹ ਇਹ ਉਹਨਾਂ ਦੀ ਓਪੀਨੀਅਨ ਹੈ। ਚਲੋ, ਮੇਰੀ ਖੁਸ਼ੀ ਇਸ 'ਤੇ ਕੰਪਲੀਮੈਂਟ, ਬੜਾ ਅੱਛਾ ਲੱਗਾ। ਚੰਗਾ, ਤੁਸੀਂ ਕਿਸੇ ਵੀ ਖੇਤਰ 'ਚ ਹੋਵੋ, ਚਾਹੇ ਉਹ ਆਹ ਫੀਲਡ ਹੈ ਚਾਹੇ ਕੋਈ ਹੋਰ ਹੈ, ਤੁਹਾਡੇ ਕੰਮ ਦੀ ਕੋਈ ਸਿਫਤ ਸਲਾਹ ਕਰੋ, ਚਾਹੇ ਤੁਸੀਂ ਟੈਕਸੀ ਵੀ ਚਲਾਉਂਦੇ ਹੋ, ਜਦੋਂ ਤਾਂ ਲੱਗਾ ਵੀ ਉਹ ਦੈਟ ਵਾਜ਼ ਨਾਈਸ, ਥੈਂਕ ਯੂ। ਬਸ ਬੰਦੇ ਨੂੰ ਆਪਣੇ ਕਿੱਤੇ 'ਚ ਗੁਮਾਨ ਨਹੀਂ ਹੋਣਾ ਚਾਹੀਦਾ, ਉਹਦਾ ਬਹੁਤ ਪੱਕੀ ਉਹਦਾ ਉਹਦੇ 'ਤੇ ਮਾਣ ਕਰ ਲੈਣਾ ਚਾਹੀਦਾ।
ਮਸਲ ਤੁਹਾਡੇ ਵੱਖ ਵੱਖ ਖੇਤਰ ਨੇ, ਇੱਕ ਤੁਹਾਡਾ ਪ੍ਰਮੋਟਰ ਵਾਲਾ ਖੇਤਰ ਆ, ਰਿਕਾਰਡ ਬਣਾਉਣ ਵਾਲਾ ਪਹਿਲਾ ਖੇਤਰ ਸੀ, ਇਸ ਫਿਰ ਤੁਸੀਂ ਲਿਖਦੇ ਵੀ ਹੋ ਜਾਂ ਤਾਂ ਜਿਹੜਾ ਕੋਈ ਕਈ ਵਾਰੀ ਪੇਤਲਾ ਜਿਹਾ ਕੰਮ ਹੁੰਦਾ ਨਾ, ਥੋੜ੍ਹਾ ਥੋੜ੍ਹਾ ਕਰੀ ਜਾਂਦੇ, ਪਰ ਹਰ ਪਛਾਣ ਖੇਤਰ 'ਚ ਤੁਹਾਡੀ ਪਛਾਣ ਆ। ਟੀ ਵੀ ਇੰਡਸਟਰੀ ਦੇ ਵਿੱਚ ਇੰਨੇ ਸਾਲ ਪ੍ਰੋਗਰਾਮ ਚਲਾਉਣਾ, ਡੌਗੀਟੇਲ ਡਰਾਈਵਰ ਦਾ ਨਾਵਲ ਲਿਖਣਾ, ਸੁਰਾਂ ਦੇ ਸੌਦਾਗਰ, ਪ੍ਰਮੋਟਰ ਏਡੇ ਏਡੇ ਵੱਡੇ ਨਾਂ ਜਿਹੜੇ ਤੁਹਾਡੇ ਰਾਹੀਂ ਇੱਥੇ ਆਏ, ਇਹ ਵੱਖ ਵੱਖ ਖੇਤਰਾਂ ਦੇ ਵਿੱਚ ਕੀ ਸੀ? ਉਹਦੇ 'ਚ ਨਾ ਕਈ ਵਾਰੀ ਸੁਭਾਵਿਕ ਗੱਲ, ਐਂਟਰਟੇਨਮੈਂਟ ਦੇ ਖੇਤਰ 'ਚ ਜਿੱਦਾਂ ਪ੍ਰਮੋਸ਼ਨ ਦੀ ਤੁਸੀਂ ਗੱਲ ਕੀਤੀ, ਉਹ ਕਿਸੇ ਨੇ ਪ੍ਰੋਗਰਾਮ ਕੀਤਾ, ਉਹ ਫੇਲ ਹੋ ਗਿਆ। ਅੱਛਾ, ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਰ ਲਾਂ, ਉਹ ਕਹਿੰਦੇ ਕਰ ਲਓ, ਕਹਿੰਦੇ ਕੀ ਦਿਓਗੇ, ਮੈਂ ਕਿਹਾ ਜਿੰਨੇ ਪੈਸੇ ਹੋਗੇ ਤੁਸੀਂ ਲੈ ਜਾਓ। ਜਦੋਂ ਮੈਂ ਉਹਦੇ ਹਫ਼ਤਾ ਬਾਅਦ ਉਸ ਉਹਨਾਂ ਆਰਟਿਸਟਾਂ ਦਾ ਸ਼ੋਅ ਕੀਤਾ, ਮਸਤਾਨਾ ਜੀ ਪੁਸ਼ਪਾਂਸ ਸੀ, 77 ਦੀ ਗੱਲ, ਮੇਰਾ ਥੀਏਟਰ ਫੁੱਲ ਸੀ, ਜਿੰਨੇ ਅੰਦਰ ਬੈਠੇ ਸੀ ਉਨੇ ਕੁ ਬਾਹਰ ਖਲੋਤੇ ਸੀ, ਮਤਲਬ ਸੋ ਲੱਕੀ ਕਹੂੰਗਾ, ਮੇਰੀ 'ਚ ਕੋਈ ਚਤਰਾਈ ਨਹੀਂ ਸੀ। ਪਰ ਅੱਛਾ, ਉਹ ਤੋਂ ਬਾਅਦ ਜਿਉਂ ਚੱਲ ਸੋ ਚੱਲ ਹੋਈ, ਕੋਈ ਤੁਸੀਂ ਕੋਈ ਕੰਮ ਕਰਦੇ, ਚਾਹੇ ਜੁੱਤੀਆਂ ਪਾਲਿਸ਼ ਕਰਦੇ ਹੋ, ਪਾਨ ਬਣਾਉਂਦੇ ਹੋ, ਸਬਜ਼ੀ ਬਣਾਉਂਦੇ ਹੋ, ਜੋ ਵੀ ਕੁਕਿੰਗ ਹੁੰਦੀ ਹੈ, ਹਰ ਬੰਦੇ ਦੀ ਪਹਿਚਾਣ ਉਹਦਾ ਕੰਮ ਹੈ। ਅਤੇ ਫਲਾਣੇ ਫਲਾਣੇ ਢਾਬੇ 'ਤੇ ਰੋਟੀ ਖਾਣੀ ਹੈ, ਕਿਉਂ ਖਾਣੀ ਹੈ, ਕਿਉਂਕਿ ਉਹਨੂੰ ਅੱਛੀ ਲੱਗਦੀ ਹੈ। ਤਾਂ ਮੇਰੀ ਖੁਸ਼ਕਿਸਮਤੀ ਹੈ ਕਿ ਲੋਕਾਂ ਨੂੰ ਮੇਰੇ 'ਤੇ ਵਿਸ਼ਵਾਸ ਸੀ, ਜੋ ਕੁਝ ਵੀ ਮੈਂ ਕਰ ਸਕਿਆ ਉਹਨਾਂ ਨੇ ਖੁੱਲ੍ਹੇ ਦਿਲ ਨਾਲ ਐਕਸੈਪਟ ਕੀਤਾ। ਹੁਣ ਜੋ ਜਗਜੀਤ ਸਿੰਘ ਜਿਤਰਾ ਸਿੰਘ, ਉਹਨਾਂ ਨੂੰ ਇੱਥੇ ਕੀ ਬੰਬਈ 'ਚ ਨਹੀਂ ਸੀ ਦੁਨੀਆ ਜਾਣਦੀ, 13 ਸਾਲ ਹੋ ਗਏ ਸੀ ਬੰਦੇ ਨੂੰ ਬੰਬੇ ਗਿਆ। ਜਗਜੀਤ ਸਿੰਘ ਕੁਰੂਕਸ਼ੇਤਰ ਯੂਨੀਵਰਸਿਟੀ ਪੜ੍ਹਦੇ ਸੀ, MA ਪਾਰਟ 1 ਕਰ ਲਿਆ, ਸੈਕਿੰਡ ਵਿੱਚ ਸੀ, ਉੱਡ ਗਿਆ। ਇਕਬਾਲ ਸਿੰਘ ਭੋਗਲਾਂ ਦਾ ਬੰਦਾ ਸੀ, ਜਿਹੜਾ ਉਹਨੂੰ ਹਰ ਮਹੀਨੇ 200 ਰੁਪਏ ਭੇਜਦਾ ਸੀ ਉਹਦੇ ਸਰਵਾਈਵਲ ਲਈ। ਉੱਥੇ ਸਰਵਾਈਵਲ ਲਈ ਭੁਪਿੰਦਰ ਹੋਣਾ ਨੇ ਕਿਹਾ ਤੂੰ ਲੋਕਾਂ ਨੂੰ ਲੈਸਨ ਦੇ ਗਾਣ ਦੇ, ਮਿਊਜ਼ਿਕ, ਦੈਟਸ ਹਾਊ ਹੀ ਮੈਟ ਚਿਤਰਾ। ਇਹਨੂੰ ਗਾਣਾ ਸਿਖਾਲਦਾ ਸੀ, ਹੋਰਨਾਂ ਨੂੰ ਵੀ ਕਈਆਂ ਨੂੰ ਸਿਖਾਲਦਾ ਸੀ। ਫਿਰ ਉਹਨੂੰ ਕੰਮ ਮਿਲਿਆ ਜਿੰਗਲ ਗਾਉਣ ਦਾ, ਵਜਾਉਣ ਦਾ, ਜਾਂ ਜਿਹੜੇ ਵੱਡੇ ਐਕਟਰ ਹੁੰਦੇ ਸੀ ਜਿੱਦਾਂ ਰਜੇਸ਼ ਖੰਨਾ, ਉਹ ਉਹਨੇ ਕਹਿਣਾ ਸਰਦਾਰ ਜੀ ਕੋ ਬੁਲਾਓ, ਉਦੋਂ ਪਗੜੀ ਬਣਦਾ ਸੀ, ਕਹਿੰਦੇ ਘਰ ਜਾ ਕੇ ਉਹਨਾਂ ਦੇ ਗਜ਼ਲਾਂ ਗਾਣੀ ਆ, ਉਹਨਾਂ ਤੁਰਨ ਵੇਲੇ 5,000-10,000 ਦੇ ਕੇ ਤੁਰ ਪੈਣਾ। ਮੈਂ ਜਗਜੀਤ ਸਿੰਘ ਨੇ ਵਾਲ ਕਟਾ ਲਏ ਸੀ ਉਦੋਂ ਮਿਲਿਆ, 78 'ਚ ਇੱਥੇ ਨੇ, ਮੈਂ 78 ਦੀ ਜਨਵਰੀ ਫਰਵਰੀ ਉਹਨਾਂ ਕੋਲ ਪਹੁੰਚ ਗਿਆ ਸੀ। ਅਤੇ ਉਦੋਂ ਇਹਨਾਂ ਨੇ ਮੇਰੇ ਸਾਹਮਣੇ ਰੀਨਾ ਰਾਏ ਦੇ ਘਰ ਗਾਇਆ, ਉਹਨਾਂ ਨੇ ਲਿਫਾਫੇ 'ਚ ਪਾ ਕੇ 10,000 ਰੁਪਇਆ ਦਿੱਤਾ। ਇੱਥੇ ਆਏ, ਮੈਨੂੰ ਪੁੱਛਦੇ ਕੀ ਮਿਲੂਗਾ, ਮੈਂ ਕਿਹਾ ਜੀ ਮੇਰਾ ਖਿਆਲ ਹੈ ਐਵਰੇਜ $500 ਬਣ ਜਾਣਾ। ਅਸੀਂ ਸ਼ੋਅ ਕੀਤਾ, 700 ਸੀਟ ਸੀ, 400 ਬੰਦਾ ਆਇਆ, ਟਿਕਟ ਪਤਾ ਕਿੰਨੇ ਦੀ ਸੀ? $8 ਦੀ। ਬੋਲੇ ਬੋਲੇ, ਸਮਝੇ ਕਿ ਨਹੀਂ? ਉਹ ਅਸੀਂ ਟੋਰਾਂਟੋ ਤੋਂ ਇੱਕ ਸ਼ੋਅ ਬਾਰ ਕੀਤਾ ਸੀ ਮੰਟਰੀਆਲ, ਉੱਥੇ 92 ਬੰਦੇ ਸੁਣਨ ਆਏ ਸੀ, ਸਮਝੇ ਕਿ ਨਹੀਂ? ਸਮਝ ਗਏ, ਦੈਟਸ ਹਾਊ ਬੈਡ ਇਟ ਵਾਸ। ਫਿਰ ਮੈਂ ਨਾ ਤਾਂ ਰੈਕਰਡ ਵੀ ਪ੍ਰੋਡਿਊਸ ਕੀਤਾ ਹੈ, ਮੈਂ ਖੁਦ ਪ੍ਰੋਡਿਊਸ ਕੀਤਾ। ਪੁੱਛਿਆ ਕੌਣ ਕਹਿਤਾ ਮੁਹੱਬਤ ਕੀ ਜ਼ਬਾਂ ਹੋਤੀ ਹੈ, ਕੀਆ ਹੈ ਪਿਆਰ ਜਿਸੇ, ਉਹ ਵੀ ਹਿੱਟ ਹੋ ਗਿਆ। ਜਦੋਂ ਫਿਰ 79 ਦੁਬਾਰਾ ਆਏ ਵੀ ਮੈਂ ਉਸ ਵੇਲੇ ਅਸੀਂ ਟੋਰਾਂਟੋ ਤੋਂ ਬਾਅਦ ਐਡਮਿੰਟਨ, ਕੈਲਗਰੀ, ਇੱਥੇ ਵੀ ਤੁਹਾਡੇ ਸ਼ੋਅ ਕਰਕੇ ਗਏ। ਅਤੇ ਬਾਈ 1980 ਹੀ ਬਿਕੇਮ ਏ ਸੁਪਰ ਸਟਾਰ। ਅੱਛਾ, ਮੈਂ ਵਿਚਲਾ, ਮੇਰਾ ਕੀ ਇੰਟਰਸਟ ਹੈ, ਮੈਂ ਉਹ ਚੀਜ਼ ਪਸੰਦ ਕਰਦਾ ਜਿਹੜਾ ਪਹਿਲਾਂ ਕਿਸੇ ਨੇ ਕੀਤੀ ਨਾ ਹੋਵੇ। ਅੱਛਾ ਜੀ, ਤੁਸੀਂ ਸਮਝੇ ਕਿ ਨਹੀਂ? ਜੇ ਕਿਸੇ ਨੇ ਉਹ ਢੱਡ ਸਰੰਗੀ ਨੇ ਗਾਇਆ ਤਾਂ ਤੁਸੀਂ ਵੀ ਢੱਡ ਸਰੰਗੀ ਨੇ, ਫਿਰ ਕੀ ਫਾਇਦਾ ਹੋਇਆ? ਜਗਜੀਤ ਸਿੰਘ ਨਿਵੇਕਲਾ ਸੀ, ਗੁਰਦਾਸ ਮਾਨ ਨਿਵੇਕਲਾ, ਸਤਿੰਦਰ ਸਰਤਾਜ ਵਗੈਰਾ, ਕੋਈ ਸਰਤਾਜ ਪਹਿਲੋਂ ਨਹੀਂ ਸੀ, ਹੁਣ ਵੀ ਨਹੀਂ ਹੈ। ਲੂਰਾ ਸਿਸਟਰ ਜਦ ਮੈਂ ਇੰਟਰੋਡਿਊਸ ਕੀਤੀਆਂ, 3,000 ਰੁਪਏ 'ਤੇ ਪ੍ਰੋਗਰਾਮ ਕਰਦੀਆਂ ਸੀ, ਇੱਥੋਂ ਜਾਂਦੀਆਂ ਲੱਖ ਲੈਣ ਲੱਗ ਪਈਆਂ। ਹੁਣ ਦੇਖੋ ਗੁੱਡੀ ਕਿੱਥੇ ਪਹੁੰਚੀ। ਇਹ ਮੇਰੀ ਸਿਫਤ ਨਹੀਂ ਹੈ, ਇਹ ਮੇਰੀ ਆਦਤ ਹੈ। ਤੁਹਾਡਾ ਮੋਟਿਵ ਕੀ ਹੈ ਇਹਦੇ ਪਿੱਛੇ? ਮੈਨੂੰ ਗਾਉਣ ਦਾ ਸ਼ੌਕ ਸੀ, ਮੈਨੂੰ ਗਾਣਾ ਨਹੀਂ ਆਇਆ। ਅੱਛਾ, ਨਹੀਂ, ਇਹ ਸਿੱਖਣਾ ਪੈਂਦਾ ਨਾ। ਮੇਰਾ ਹੁੰਦਾ ਵੀ ਜਿਹੜਾ ਮੇਰਾ ਚੀਜ਼ ਹੈ ਨਾ, ਉਹ ਬਸ ਟੌਪ 'ਤੇ ਹੁਲਾਰੇ ਮਾਰੇ, ਹੁੰਦਾ ਨਾ ਕਿ ਇਹਨੂੰ ਕੱਪੜੇ ਪਾ ਕੇ ਸ਼ੋਅ ਆ। ਮੇਰੀ ਜੋ ਆਤਮਾ ਉਹ ਮੇਰੇ ਆਪਣੇ ਗਾਉਣ ਵਾਲਿਆਂ ਦੇ ਵਿੱਚ ਦੀ ਹੋ ਕੇ ਵਿਚਰਦੀ ਹੈ। ਜਦੋਂ ਸਰਤਾਜ ਨੂੰ ਕੋਈ ਸ਼ਾਬਾਸ਼ ਦਿੰਦਾ, ਮੇਰੀ ਛਾਤੀ ਵੀ ਚੌੜੀ ਹੁੰਦੀ ਵੀ ਯਾਰ ਮੇਰਾ ਆਰਟਿਸਟ ਹੈ। ਹੁਣ ਤੁਸੀਂ ਜਗਜੀਤ ਸਿੰਘ ਦੇ ਗੱਲ ਸ਼ੁਰੂ ਕੀਤੀ ਹੈ, ਆਮ ਪ੍ਰਾਊਡ ਆਫ ਹਿਮ ਕਿ ਮੈਂ ਉਹਦਾ ਹਿੱਸਾ ਬਣਿਆ। ਪਰ ਕਈ ਸੀਨੀਅਰ ਆਰਟਿਸਟ ਸੀ ਜਿਹਨਾਂ ਦਾ ਮੈਂ ਪ੍ਰਮੋਟਰ ਬਣਿਆ, ਪਰ ਉਹ ਪਹਿਲੇ ਫੀਲਡ 'ਚ ਲੈ ਕੇ, ਸੁਰਿੰਦਰ ਕੌਰ, ਮਸਤਾਨਾ ਜੀ, ਜਗਜੀਤ ਜ਼ੀਰਵੀ, ਉਹ ਅਸਟੈਬਲਿਸ਼ ਸੀ, ਰਮਤਾ ਜੀ, ਉਹਨਾਂ ਦੇ ਮੈਂ ਰਿਕਾਰਡ ਵੀ ਬਣਾਇਆ ਰਮਤਾ ਕਨੇਡਾ 'ਚ। ਹੁਣ ਇੱਕ ਸਵੈ ਪੂਰਨਤਾ ਦੀ ਲਗਨ ਗੁਰਬਖਸ਼ ਸਿੰਘ ਹੁਣੇ ਕਹਿੰਦੇ ਆ, ਉਹ ਤੁਹਾਡੇ ਅੰਦਰ ਇਹ ਕਾਲਾ ਮਾਲਾ ਹੁੰਦਾ, ਕੁਛ ਬਾਹਰ ਨਿਕਲਣਾ ਚਾਹੁੰਦਾ, ਉਹ ਰੂਪ ਕੁਝ ਵੀ ਹੋ ਸਕਦਾ। ਮੈਨੂੰ ਸਪੋਰਟਸ ਦਾ ਸ਼ੌਕ ਨਹੀਂ ਸੀ, ਮੈਨੂੰ ਗਾਣੇ ਦਾ ਸ਼ੌਕ ਸੀ, ਉੱਧਰ ਪਰਮਾਤਮਾ ਨੇ ਬਖਸ਼ਿਸ਼ ਕਰ ਲਈ। ਪੁਰਾਣੀ ਗਾਇਕੀ, ਹੁਣ ਦੀ ਗਾਇਕੀ, ਕੋਈ ਫਰਕ, ਚੰਗਾ ਮਾੜਾ? ਦੋ ਲਾਈਨਾਂ 'ਚ ਕਹਾਂ, ਪਹਿਲਾਂ ਸਿੱਖ ਕੇ ਗਾਉਂਦੇ ਸੀ,
ਹੁਣ ਗਾਣ ਤੋਂ ਬਾਅਦ ਸਿੱਖਦੇ ਨੇ ਜਿਹੜੇ ਸੁਰਿੰਦਰ ਕੌਰ ਹੋਣੇ ਆ ਉਹਨਾਂ ਨੇ ਦਸ ਦਸ ਬਾਰਾਂ ਬਾਰਾਂ ਸਾਲ ਟ੍ਰੇਨਿੰਗ ਲਈ ਹੈ ਗਾਉਣ ਦੀ ਜਗਜੀਤ ਸਿੰਘ ਨੇ ਬਾ ਤਰਤੀਬ ਸਿੱਖਿਆ ਜਿਹੜੇ ਹੋਰ ਵੱਡੇ ਬੰਦੇ ਨੇ ਇਹਨਾਂ ਤੋਂ ਸੀਨੀਅਰ ਵੀ ਜਿਹੜੇ ਸੀਗੇ ਮਸਤਾਨਾ ਜੀ ਉਹਨਾਂ ਨੇ ਕਹਿੰਦੇ ਮੈਂ ਸਿੱਖਿਆ ਨਹੀਂ ਇਹ ਗੁਰੂ ਨਾਨਕ ਦੇਵ ਦੀ ਮਿਹਰ ਹੈ ਹੋ ਸਕਦਾ ਉਹ ਸਹੀ ਕਹਿੰਦੇ ਹੋਣ ਪਰ ਹਰ ਕੰਮ ਬਗੈਰ ਟ੍ਰੇਨਿੰਗ ਤੋਂ ਨਹੀਂ ਆਉਂਦਾ ਹੁਣ ਤਾਂ ਪਿੱਛੇ ਜਿਹੇ ਅੱਜ ਤੋਂ ਦੋ ਚਾਰ ਸਾਲ ਪਹਿਲੇ ਤਾਂ ਇੱਕ ਕਿੱਲਾ ਬੁੜੇ ਦਾ ਵੇਚ ਕੇ ਸਾਰੇ ਸੀੜੀਆਂ ਬਣਾਉਂਦੇ ਸੀ ਹੁਣ ਉਹ ਵੀ ਵਾਂਡੀਆਂ ਹਟ ਗਈਆਂ ਮੈਂ ਨਵੀਂ ਗੱਲ ਦੇ ਵਿਰੋਧ 'ਚ ਨਹੀਂ ਮੈਂ ਉਹਦੇ ਐਂਟੀ ਨਹੀਂ ਹਾਂ ਪਰ ਜਿਹੜਾ ਗਾਣਾ ਅੱਜ ਸੁਣਿਆ ਦੋ ਦਿਨਾਂ ਬਾਅਦ ਤੁਹਾਨੂੰ ਭੁੱਲ ਗਿਆ ਉਹ ਕਿੰਨੀ ਕੁ ਸਾਰਖਤਾ ਹੈ ਹਾਂਜੀ ਹੁਣ ਮਸਤਾਨਾ ਜੀ ਦਾ ਨਾਂ ਹੈ ਆਸਾ ਸਿੰਘ ਯਮਲਾ ਜੀ ਦੇਖ ਲਓ ਸੁਰਿੰਦਰ ਕੌਰ ਨੇ ਤਾਂ ਗਾਇਆ ਬਹੁਤ ਜ਼ਿਆਦਾ ਜੀ ਮੇਰੇ ਖਿਆਲ ਆ ਜਿੰਨੀ ਮਸਤਾਨਾ ਜੀ ਦੀ ਟੋਟਲ ਰਿਕਾਰਡਿੰਗ ਦੋ ਤਿੰਨ ਸੀਡੀਆਂ ਤੋਂ ਵੱਧ ਨੇ ਯਮਲਾ ਜੀ ਦੀ ਵੀ ਦੋ ਸੀਡੀਆਂ ਕਸੈਟ ਹੋਏਗੀ ਪਰ ਜਿਹੜਾ ਮਰਜ਼ੀ ਤੁਸੀਂ ਗਾਣਾ ਚੁੱਕ ਲਓ ਉਹ ਅੱਜ ਤੋਂ 30-40 ਸਾਲ ਬਾਅਦ ਵੀ ਤਾਜ਼ਾ ਸੀ ਅੱਜ ਵੀ ਤਾਜ਼ਾ ਨੇ ਕੁਛ ਤਾਂ ਉਹਨਾਂ 'ਚ ਖੁਸ਼ਬੂ ਹੈ ਨਾ ਵੱਖਰੀ ਮਲ ਸਾਹਿਬ ਇੱਦਾਂ ਤਾਂ ਨਹੀਂ ਵੀ ਇਹ ਸਾਡੇ ਲਈ ਤਾਜ਼ਾ ਨਵੀਂ ਪੀੜ੍ਹੀ ਲਈ ਤਾਜ਼ਾ ਨਹੀਂ ਉਹਨਾਂ ਲਈ ਅੱਜ ਦਾ ਤਾਜ਼ਾ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਲਈ ਇਸ ਕਰਕੇ ਦੇਖੋ ਸਾਡੇ ਤਾਂ ਹੁਣ ਪੱਛਮੀ ਸੱਭਿਅਤਾ ਦਾ ਅਸਰ ਹੈ ਖਾਸ ਕਰਕੇ ਨਾ ਬਾਹਰਲੇ ਮੁਲਕਾਂ 'ਚ ਹਾਂ ਜਦੋਂ ਪਹਿਲੀਆਂ 'ਚ ਹੁੰਦਾ ਸੀ ਨਾ ਇੱਕ ਵਾਜਾ ਇੱਥੇ ਹੁੰਦਾ ਸੀ ਜੀ ਉਹਨੇ ਹਰਮੋਨੀਅਮ ਢੋਲਕੀ ਵਾਲਾ ਭੁੰਜੇ ਬੈਠਾ ਸੀ ਉਹਦਾ ਸਾਊਂਡ ਆਵੇ ਨਾ ਆਵੇ ਇੱਕ ਉਹ ਐਡੀ ਸਾਰੀ ਸਾਬਣਦਾਨੀ ਵਰਗੀ ਮਾਈਕਰੋਫੋਨ ਹੁੰਦਾ ਸੀ ਲੋਕ ਉਹਦੇ ਨਾਲ ਸੁਣ ਕੇ ਨਿਹਾਲ ਹੋ ਜਾਂਦੇ ਸੀ ਹੁਣ ਹੁਣ 7-8 ਬੰਦੇ ਕੋਈ ਆਕਟੋਪੈਡ ਵਜਾ ਰਿਹਾ ਕੋਈ ਗਿਟਾਰ ਵਜਾ ਰਿਹਾ ਤੁਸੀਂ ਗੁਰਦਾਸ ਹੁਣਾਂ ਨੂੰ ਦੇਖ ਲਓ ਸਰਤਾਜ ਨੂੰ ਦੇਖ ਲਓ ਹੋਰ ਆਰਟਿਸਟਾਂ ਨੂੰ ਦੇਖ ਲਓ ਉਹ ਡਰੰਮ ਵੀ ਵੱਜਦੇ ਨੇ ਹੁਣ ਪੰਜਾਬੀ ਸੀ ਕਿ ਡਰੰਮ ਦਾ ਕੀ ਤੁਲਕ ਹੈ ਢੋਲਕੀਆਂ ਹੋ ਸਕਦੀਆਂ ਤਬਲੇ ਹੋ ਸਕਦੇ ਨੇ ਪਰ ਨਵਿਆਂ ਦੀ ਲੋੜ ਹੈ ਦੂਜਾ ਜਿਹੜੀ ਨਵੀਂ ਜਨਰੇਸ਼ਨ ਉਹ ਪੱਛਮੀ ਜਿੱਦਾਂ ਕਿ ਸੰਗੀਤ ਨਾਲ ਜ਼ਿਆਦਾ ਹੁਣ ਰੈਪ ਦਾ ਯੁੱਗ ਹੈ ਸੱਚੀ ਦੱਸਿਓ ਜਿਹੜੇ ਇੱਦਾਂ ਦਾ ਕਰਕੇ ਗਾਉਂਦੇ ਤੁਹਾਨੂੰ ਗਾਣਾ ਪੱਲੇ ਪੈਂਦਾ ਜੇ ਤੁਹਾਡੇ ਨੇ ਤੁਸੀਂ ਤਾਂ ਮੇਰੇ ਤੋਂ 20-25 ਸਾਲ ਛੋਟੇ ਹੋ ਦੱਸੋ ਮੇਰਾ ਕੀ ਹਾਲ ਹੁੰਦਾ ਹੋਵੇਗਾ ਮੈਂ ਸੀਰੀਅਸ ਮੇਰੇ ਘਰ ਇੱਕ ਬੰਦਾ ਹੋ ਕੇ ਗਿਆ ਜੋ 5-7 ਗਾਣੇ ਵਾਲੇ ਆਏ ਸੀ ਅਤੇ ਮੈਨੂੰ ਕਹਿੰਦਾ ਵੀ ਮੈਂ ਕਿਹਾ ਕਾਕਾ ਤੁਸੀਂ ਕੀ ਕਰਦੇ ਹੋ ਕਹਿੰਦਾ ਜੀ ਮੈਂ ਗਾਉਂਦਾ ਅੱਛਾ ਜੀ ਮੈਂ ਕਿਹਾ ਅੱਛਾ ਫਿਰ ਉਹਨੇ ਆਪਣਾ ਨਾਂ ਦੱਸਿਆ ਮੈਂ ਨਹੀਂ ਦੱਸੂਗਾ ਅਤੇ ਕਹਿੰਦਾ ਜੀ ਮੇਰੇ ਤਾਂ 8 ਮਿਲੀਅਨ ਲੋਕਾਂ ਨੇ ਹਿੱਟ ਕੀਤਾ ਤਾਂ ਮੈਂ ਬੜਾ ਖੁਸ਼ ਹੋ ਵੀ ਜ਼ਰੂਰ ਵਧੀਆ ਗੱਲ ਹੋਣੀ ਮੈਂ ਆਪਣੇ ਬੇਸਮੈਂਟ ਜਾ ਕੇ ਆਪਣਾ ਕੰਪਿਊਟਰ ਔਨ ਕਰਕੇ ਉਹ ਬੰਦੇ ਦਾ ਨਾਂ ਕੱਢ ਕੇ ਪੰਚ ਕੀਤਾ ਯੂਟਿਊਬ 'ਤੇ ਕੱਢਿਆ ਅਤੇ ਉਹ ਇਹ ਆਹ ਹੋ ਰਿਹਾ ਜੀ ਦੱਸੋ ਹੁਣ ਜਾਂ ਮੈਂ ਬੜਾ ਜ਼ਿਆਦਾ ਹੋ ਗਿਆ ਲੱਗਦਾ ਮੈਨੂੰ ਇੱਦਾਂ ਦੀਆਂ ਗੱਲਾਂ ਪਚਦੀਆਂ ਨੇ ਮੇਰਾ ਮਨ ਸਵੀਕਾਰ ਨਹੀਂ ਕਰਦਾ ਬਹੁਤ ਵਾਰੀ ਮਾਲ ਸਾਹਿਬ ਗੱਲਬਾਤ ਹੁੰਦੀ ਆ ਪਿੱਛੇ ਜੇ ਇੱਥੇ ਸਰੀ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਗੈਂਗ ਹਿੰਸਾ ਹੁੰਦੀ ਆ ਜਾਂ ਇਹਦੇ ਬਾਰੇ ਕਹਿੰਦੇ ਵੀ ਗਾਇਕ ਜ਼ਿੰਮੇਵਾਰ ਨੇ ਕੁਛ ਗਾਇਕਾਂ ਨੂੰ ਉਹਨਾਂ ਨੇ ਕਿਹਾ ਵੀ ਨਹੀਂ ਇਹਨਾਂ ਨੂੰ ਗਾਉਣ ਨਹੀਂ ਦੇਣਾ ਚਾਹੀਦਾ ਕਿਸੇ ਨੇ ਬੈਨ ਕੀਤਾ ਵੀ ਨਹੀਂ ਗਾਉਣਾ ਚਾਹੀਦਾ ਇਹ ਜਿਹੜੀ ਜਿਹੜੀ ਨਾ ਡਰੱਗ ਦੀ ਪ੍ਰੋਬਲਮ ਹੈ ਉਹ ਗਾਉਣੇ ਵਾਲੇ ਨਹੀਂ ਮਾਪੇ ਜ਼ਿੰਮੇਦਾਰ ਕਾਰਨ ਟਰੱਕਿੰਗ 'ਚ ਬਿਜ਼ਨਸ ਕਰਦੇ ਬਾਪੂ ਗਿਆ 4 ਦਿਨ ਮੁੜਿਆ ਇਹਨੂੰ ਇਹ ਨਹੀਂ ਪਤਾ ਮੁੰਡਾ ਕੀ ਪੜ੍ਹਦਾ ਕੀ ਕਰਦਾ ਕਦੀ ਹੋਮਵਰਕ ਕਿਸੇ ਬਾਪ ਨੇ ਚੈੱਕ ਕੀਤਾ ਘਰੇ ਆ ਕੇ ਵੀ ਬੇਟੇ ਤੂੰ ਅੱਜ ਕੀ ਪੜ੍ਹ ਕੇ ਆਇਆ ਇੱਕ ਬੰਦਾ ਪ੍ਰਸੈਂਟ ਬੰਦਾ ਨਹੀਂ ਚੈੱਕ ਕਰਦਾ ਨਹੀਂ ਕਰਦਾ ਸੱਚੀ ਗੱਲ ਅੱਛਾ ਜੇ ਤੁਹਾਡੇ ਘਰ 'ਚ ਤੁਹਾਡਾ ਜੀ ਰਹਿੰਦਾ ਜੇ ਬਾਹਰ ਦਿਆਂ ਨੂੰ ਪਤਾ ਉਹ ਡਰੱਗ ਕਰਦਾ ਉਹਦੀ ਮਾਂ ਉਹਦਾ ਮੰਜਾ ਬਣਾਉਂਦੀ ਉਹਦੇ ਵਾਸ਼ਰੂਮ ਜਾਂਦਾ ਉਹਦੇ ਲੀੜਿਆਂ 'ਚੋਂ ਖੁਸ਼ਬੂ ਬੂ ਜੋ ਵੀ ਹੈ ਆਉਂਦੀ ਤਾਂ ਹੋਏਗੀ ਸਾਡੀ ਕਮਿਊਨਿਟੀ 'ਚ ਸਭ ਤੋਂ ਵੱਡੀ ਮੇਰੀ ਬੇਟੀ ਟੀਚਰ ਹੈ ਅੱਛਾ ਜੀ ਉਹਨੇ ਮੈਨੂੰ ਦੱਸਿਆ ਕਹਿੰਦੀ ਡੈਡ ਵੀ ਸਾ ਜਦੋਂ ਸਾਡੇ ਸਭ ਤੋਂ ਭੈੜੇ ਬਿਹੇਵੀਅਰ ਵਾਲੇ ਸਾਡੀ ਪੰਜਾਬੀ ਕਮਿਊਨਿਟੀ ਦੇ ਬੱਚੇ ਨੇ ਕਾਲੇ ਨਹੀਂ ਗੋਰੇ ਨਹੀਂ ਸਾਡੀ ਕਮਿਊਨਿਟੀ ਮੈਂ ਕਿਉਂ ਕਹਿੰਦੀ ਉਹ ਟਰੱਕਾਂ ਵਾਲਿਆਂ ਦੇ ਇੰਨੇ ਉਹ ਇੱਕ ਦੋ ਨੇ ਸੁਣਾਉਂਦੇ ਵੀ ਆ ਮਾਈ ਡੈਡ ਗਾਟ 60 ਟਰੱਕਸ ਉਹ ਇੱਕ ਈਗੋ ਟ੍ਰਿਪ 'ਤੇ ਆਏ ਨੇ ਉਹ ਪੜ੍ਹਨ ਨਹੀਂ ਆਏ ਉਹਨਾਂ ਨੂੰ ਦੇ ਦਿੱਤਾ ਨਾ ਮੈਨਰਸ ਹੁੰਦੇ ਨੇ ਐਕਸਕਿਊਜ਼ ਮੀ ਪਲੀਜ਼ ਥੈਂਕ ਯੂ ਇਹ ਸ਼ਬਦਾਂ ਮਾਂ ਸਿਖਾਲਦੀ ਹੈ ਤੁਹਾਡਾ ਘਰ ਸਿਖਾਲਦਾ ਹਾਓ ਟੂ ਗਰੀਟ ਪੀਪਲ ਹਾਓ ਟੂ ਬੀ ਗਰੇਟਫੁਲ ਹਾਓ ਟੂ ਬੀ ਥੈਂਕਫੁਲ ਜਿਹੜੇ ਸਕੂਲ ਨੇ ਉਹ ਬੱਚੇ ਪੜ੍ਹਨ ਜਾਂਦੇ ਨੇ ਉਹਨਾਂ ਨੂੰ ਉਹਨਾਂ ਦੀ ਬੇਬੀ ਸਿਟਿੰਗ ਵਾਸਤੇ ਇਹ ਕੰਮ ਵੀ ਸਿਖਾਲਣੇ ਪੈਂਦੇ ਜਿਹੜੀ ਕਿ ਮਾਪਿਆਂ ਨੂੰ ਸਿਖਾਉਣ ਦੀ ਲੋੜ ਹੈ ਹੁਣ ਤੁਹਾਡਾ ਲੜਕਾ ਮੇਰੀ ਬੇਟੀ ਹੈ ਬਹੁਤ ਸਾਲ ਹੋਏ ਨਾ ਮੈਂ ਉਹਦੇ ਚੈੱਕ ਚੁੱਕ ਕਰਦਾ ਸੀ ਵੀ ਗਲਤ ਕੰਮ ਨਾ ਹੋਵੇ ਮੈਂ ਸਰਾਣਾ ਉਹਦਾ ਮੈਟਰ ਚੱਕੀ ਉੱਥੇ ਪਲੇ ਬੋਆਏ ਦੇ ਮੈਗਜ਼ੀਨ ਮੁੰਡਾ 18 ਸਾਲ ਦਾ ਜੇ ਮੈਂ ਉਹ ਦੇਖ ਕੇ ਚੈੱਕ ਕਰ ਸਕਦਾ ਮੈਂ ਹੁਣ ਉਹਨੂੰ ਸੁੱਕਣਾ 50 ਸਾਲ ਦਾ ਹੋ ਗਿਆ ਬੜੀ ਪੁਰਾਣੀ ਗੱਲ ਇਹ ਚੀਜ਼ਾਂ ਬੱਚੇ ਸਾਰੇ ਉਸ ਫੇਜ਼ 'ਚੋਂ ਗੁਜ਼ਰਦੇ ਨੇ ਉਹਨਾਂ ਨੂੰ ਜੇ ਤੁਹਾਡੀ ਨੇੜਤਾ ਮਿਲੀ ਹੈ ਤਾਂ ਕੁਰਾਹੇ ਨਹੀਂ ਪੈਣਗੇ
ਜੇ ਤੁਹਾਡੇ ਤੋਂ ਦੂਰੀ ਮਿਲੀ ਆਪਣੇ ਆਪ ਆਪਣਾ ਰਾਹ ਦੂਜੇ ਪਾਸੇ ਲੈ ਜਾਣਗੇ। ਇਹ ਮੇਰੇ ਵਿਚਾਰ ਨੇ, ਮੈਂ ਗਲਤ ਵੀ ਹੋ ਸਕਦਾ। ਨਹੀਂ ਬਿਲਕੁਲ ਠੀਕ ਨੇ ਜੀ, ਮੈਂ ਪੂਰਨ ਰੂਪ 'ਚ ਘੱਟੋ ਘੱਟ ਮੈਂ ਸਹਿਮਤ ਹਾਂ ਇਹਦੇ ਨਾਲ। ਗੀਤ ਜਿਹੜਾ ਆ, ਹਾਂਜੀ, ਕੁਛ ਕਹਿੰਦੇ ਵੀ ਨਹੀਂ ਇਹਦਾ ਅਸਰ ਪੈਂਦਾ, ਤੁਸੀਂ ਕੀ ਸਮਝਦੇ ਵੀ ਗੀਤ ਨਿਆਣੇ ਨੂੰ ਵਿਗਾੜਨ ਜਾਂ ਬਣਾਉਣ ਦੇ ਵਿੱਚ ਸਹਾਈ ਹੋ ਸਕਦਾ? ਕੁਛ ਕਹਿੰਦੇ ਇਹਦਾ ਰੋਲ ਹੀ ਕੋਈ ਨਹੀਂ, ਜੇ ਇਹਦਾ ਰੋਲ ਹੋਵੇ ਤਾਂ ਗੁਰਦੁਆਰਾ ਸਾਹਿਬ 'ਚ ਗੁਰਬਾਣੀ ਚੱਲਦੀ, ਉਹਦੇ ਨਾਲ ਲੋਕ ਸੁਧਰਦੇ ਕਿਉਂ ਨਹੀਂ? ਗੁਰਬਾਣੀ ਸੁਣਾ ਸੁਣਾ ਕੇ ਲੋਕ ਅਸੀਂ ਕਿੰਨੇ ਕੁ ਸਿੱਧੇ ਕਰ ਲਏ, ਨਿਆਣੇ ਤਾਂ ਕੀ ਮਾਪੇ ਵੀ ਨਹੀਂ ਸਿੱਧੇ ਹੋਏ। ਆਮ ਸੋਰੀ, ਆਈ ਹੈਵ ਦੈਟ ਫੀਲ। ਕੀ ਇਹਦਾ ਕੋਈ ਅਸਰ ਨਹੀਂ ਹੁੰਦਾ ਫਿਰ? ਹੁੰਦਾ, ਕਿਉਂ ਨਹੀਂ ਹੁੰਦਾ? ਜਦੋਂ ਤੁਸੀਂ ਨਾ ਕਿਸੇ ਨੂੰ ਦੇਖ ਲਓ, ਮੈਂ ਬੰਦੂਕਾਂ ਚੱਕ ਲਈਆਂ ਮੋਢੇ ਜਿੱਦਾਂ ਨੇ ਜਿਹੜੇ ਉਹ ਸੁਲਤਾਨ ਰਾਹੀ ਵਾਂਗੂ ਇਹ ਵਿਦਿਆ ਹੈ ਨਹੀਂ, ਉਹ ਲੋਕ ਕਾਪੀ ਵੀ ਕਰਦੇ ਹੋਣਗੇ। ਫਿਰ ਗੱਲ ਉੱਥੇ ਆ ਜਾਂਦੀ ਹੈ, ਉਹ ਘਰ ਤੁਸੀਂ ਅਬਜ਼ਰਵ ਕਰਦੇ ਹੋ ਆਪਣੇ ਕੱਪੜੇ ਕੀ ਪਾਏ, ਬੋਲਦਾ ਕਿਵੇਂ, ਸਲੀਕੇ ਨਾਲ ਆਪਣੇ ਬੱਚੇ ਨੂੰ ਕੁਰਾਹੇ ਨਹੀਂ ਪਾਉਣ ਰੋਕ ਸਕਦੇ ਹੋ। ਬਾਕੀ ਇੱਥੇ ਹਰ ਬੰਦੇ ਦੀ ਗਰੰਟੀ ਨਹੀਂ, ਕਿਸੇ ਨਾਲ ਵੀ ਕੁਝ ਵੀ ਹੋ ਸਕਦਾ। ਮੈਂ ਕੋਈ ਸਾਈਕੋਲੋਜਿਸਟ ਨਹੀਂ, ਸੋਸ਼ੀਓਲੋਜਿਸਟ ਨਹੀਂ, ਸਕੂਲ ਟੀਚਰ ਨਹੀਂ, ਮੈਂ ਤਾਂ ਐਜ਼ ਏ ਜਿੱਦਾਂ ਹੋਰ ਜਨਤਾ ਅਬਜ਼ਰਵ ਕਰਦੀ ਉਂਝ ਕਰਦਾ। ਅਤੇ ਆਪਣੀ ਕਮਿਊਨਿਟੀ ਨੂੰ, ਬੱਚਿਆਂ ਨੂੰ ਚੰਗੇ ਰਾਹ ਪਾਉਣ ਲਈ ਉਹਨੂੰ ਚੰਗੀ ਸਿਹਤ ਘਰ ਬੈਠ ਕੇ ਸ਼ੁਰੂ ਹੁੰਦੀ ਹੈ। ਜਿੱਦਾਂ ਆਪਾਂ ਕਹਿੰਦੇ ਨਾ, ਤੁਹਾਡਾ ਸਭ ਤੋਂ ਪਹਿਲਾ ਇੰਸਟੀਟਿਊਸ਼ਨ ਜਾਂ ਸਕੂਲ ਘਰ ਹੈ। ਬਿਲਕੁਲ, ਜੇ ਘਰ 'ਚ ਉਹਨਾਂ ਨੂੰ ਕਦਰਾਂ ਕੀਮਤਾਂ ਛੋਟੀ ਉਮਰ 'ਚ ਦਿੱਤੀਆਂ ਜਾਣ, ਦੇਲ ਨੈਵਰ ਗੋਸ ਟੂ। ਅਸੀਂ ਵੀ ਬੱਚੇ ਸੀ, ਅਸੀਂ ਵੀ ਟੀਨੇਜਰ ਸੀ, ਅਸੀਂ ਵੀ ਫਿਲਮਾਂ ਵੇਖਦੇ। ਸਾਡੀ ਇੰਡੀਆ 'ਤੇ ਹੁੰਦਾ ਸੀ ਜਿਹੜੀ ਚੋਰੀ ਫਿਲਮ ਦੇਖਣੀ, ਉਹ ਬਹੁਤ ਵੱਡਾ ਸੰਤਾਪ ਹੁੰਦਾ ਸੀ। ਅੱਛਾ, ਫਿਰ ਜਿਹੜੇ ਮੁੰਡੇ ਹੁੰਦੇ, ਤੇਰੇ ਕੋਲ ਕਿੰਨੇ ਆ? ਤੁਸੀਂ ਮੇਰੇ 8 ਆਨੇ, ਮੇਰੇ ਕੋਲ ਯਾਰ 5 ਖਾਨੇ, ਉਹ ਤੇਰੇ ਕੋਲ ਕਿੰਨੇ ਆ? ਉਹ ਸਾਰੇ ਕੈਸੇ ਪੂਲ ਕਰ ਲੈਣੇ, ਕਿਸੇ ਕੋਲ ਰੁਪਈਆ, ਕਿਸੇ ਕੋਲ ਘੱਟ। ਸਾਡੇ ਵੇਲੇ 5 ਆਨੇ ਦਾ ਵੀ ਟਿਕਟ ਸੀ, 10 ਆਨੇ ਦਾ ਵੀ ਸੀ। ਕੋਸ਼ਿਸ਼ ਕਰਨੀ ਕਿ 5 ਆਨੇ ਟਿਕਟ ਆ ਕੇ ਆਪਾਂ ਸਾਰੇ ਚੱਲੀਏ। ਇਹ ਹੁੰਦੀਆਂ ਸੀ ਗੱਲਾਂ, ਅੱਜ ਕੁਛ ਹੋਰ ਹੁੰਦਾ ਹੋਏਗਾ। ਬੱਚੇ ਹਮੇਸ਼ਾ ਉਹ ਵਿਗੜੇ ਤਾਂ ਨਹੀਂ, ਮੈਂ ਸ਼ਬਦ ਵਰਤਾਂਗਾ, ਉਹ ਵੀ ਜ਼ਿੰਦਗੀ ਦਾ ਹੁਲਾਰਾ ਲੈਣਾ ਚਾਹੁੰਦੇ ਆ। ਹਾਂਜੀ, ਅਤੇ ਮੈਂ ਕੈਨ ਲੈਟ ਦਮ ਹੈਵ ਇਟ, ਬਟ ਇਨ ਅ ਪੋਜ਼ਿਟਿਵ ਸੈਂਸ। ਮਾਲ ਸਾਹਿਬ, ਤੁਸੀਂ ਪੁਰਾਣੇ ਗਾਇਕਾਂ ਦੀ ਗੱਲ ਕੀਤੀ, ਅਸੀਂ ਜ਼ਿਕਰ ਕੀਤਾ ਬਹੁਤ ਸਾਰਿਆਂ ਦਾ, ਨਵੇਂ ਹੁਣ ਸਰਤਾਜ ਹੋਰੀ, ਨੂਰਾਂ ਸਿਸਟਰ, ਇਹਨਾਂ ਤੋਂ ਬਾਅਦ ਕੋਈ ਤੁਹਾਨੂੰ ਲੱਗਦਾ ਵੀ ਜਿਹਦੇ ਵਿੱਚ ਕਣੀ ਹੈਗੀ ਹੈ ਤੁਹਾਡੇ ਹਿਸਾਬ ਨਾਲ? ਕਈ ਆਵਾਜ਼ਾਂ ਅੱਛੀਆਂ ਨੇ। ਮੈਂ ਇੱਕ ਦੋ, ਇੱਕ ਲੜਕੀ ਹੈ ਪਟਿਆਲੇ ਪੰਜਾਬੀ ਯੂਨੀਵਰਸਿਟੀ 'ਚ PhD ਕਰ ਰਹੀ ਹੈ, ਬਹੁਤ ਸੁਰਚ ਗਾਉਂਦੀ ਹੈ। ਇੱਕ ਨਹੀਂ, ਦੋ ਨੇ। ਅੱਛਾ ਜੀ। ਇੱਕ ਤਾਂ ਹੁੰਦਲ ਹੈ, ਇੱਕ ਨੇਹਾ ਦੋਗਰਾ ਹੈ ਜੀ। ਮੈਂ ਉਹਨਾਂ ਨੂੰ ਬੜਾ ਨੇੜਿਓਂ ਜਾਣਦਾ, ਉਹਨਾਂ 'ਚ ਗੱਲ ਹੈ। ਅਨਫਾਰਚੁਨੇਟਲੀ ਜਿਹੜਾ ਵਾਤਾਵਰਣ ਹੈ ਨਾ, ਜਿੱਦਾਂ ਤੁਸੀਂ ਕਹਿੰਦੇ ਵੀ ਉਹ ਚੱਲ ਸੋ ਚੱਲ ਹਰੀ ਹੈ, ਉਹਦੇ ਨਾਲ ਲੋਕ ਉਸ ਪਾਸੇ ਜ਼ਿਆਦਾ ਝੁਕਾ ਆ। ਦੂਸਰਾ, ਉਹਨਾਂ ਕੋਲ ਜੇ ਕਮੀ ਆ ਤਾਂ ਅੱਛੇ ਗੀਤਾਂ ਦੀ ਆ, ਲਿਰਿਕਸ ਦੀ ਆ। ਸਮਝੇ, ਜਿੱਦਾਂ ਨੰਦ ਲਾਲ ਨੂਰਪੁਰੀ ਦੇ ਗੀਤ ਸੀ, ਉਹ ਫੋਕਲੋਰ ਵਰਗੇ ਵੀ ਸੀ, ਹੋਰ ਕਈ ਬੜੇ ਵਧੀਆ ਰਚਨਹਾਰੇ ਨੇ। ਜੇ ਇਹਨਾਂ ਬੱਚਿਆਂ ਨੂੰ ਅੱਛੇ ਗੀਤ ਮਟੀਰੀਅਲ ਮਿਲੇ, ਮੈਂ ਜਿਹੜੀ ਨੇਹਾ ਉਹਨੂੰ ਬਹੁਤ ਚਿਰ ਗਾਈਡ ਕਰਦਾ, ਹੁਣ ਵੀ ਕਦੀ ਗਾਈਡ ਕਰਦਾ, ਉਹ ਪੰਜਾਬੀ ਗਜ਼ਲ ਬਹੁਤ ਅੱਛੀ ਗਾਉਂਦੀ, ਅਤੇ ਮੈਂ ਭੇਜ ਦਿੰਦਾ। ਪਰ ਮੇਰੇ ਕੋਲ ਹੁਣ ਟਾਈਮ ਨਹੀਂ, ਮੈਂ ਕਿਸੇ ਕੋਲ ਬੈਠ ਕੇ ਸਿਖਾਉਣਾ। ਮੇਰੇ ਘਰ ਆ ਕੇ ਕੋਈ ਸਿੱਖ ਜਾਏ, ਨੋ ਪ੍ਰੋਬਲਮ। ਹੁਣ ਮੈਂ ਚੰਡੀਗੜ੍ਹ ਜਾ ਕੇ ਜਾਂ ਪੰਜਾਬੀ ਯੂਨੀਵਰਸਿਟੀ 'ਚ ਪਟਿਆਲੇ ਥੋੜ੍ਹੀ ਜਾ ਸਕਦਾ, ਜਿੰਨੀ ਕੁ ਮੇਰੀ ਹੋਂਦ ਹੈ ਮੈਂ ਹਰ ਇੱਕ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ। ਮਾਲ ਸਾਹਿਬ, ਜਿਹੜੇ ਬਹੁਤ ਸਾਰੇ ਤੁਸੀਂ ਦੇਖੇ ਆ, ਜਾਂ ਜਗਜੀਤ ਸਿੰਘ ਉਹਨਾਂ ਦੇ ਇੱਕ ਉਹ ਫੇਸ ਸੀ ਜਦੋਂ ਉਹਨੂੰ ਕੋਈ ਜਾਣਦਾ ਨਹੀਂ ਸੀ, ਇੱਕ ਉਹ ਫੇਸ ਸੀ ਜਦੋਂ ਦੁਨੀਆ ਅੱਜ ਵੀ ਸੁਪਰ ਸਟਾਰ ਨਾਂ ਲੈਂਦੇ ਲੋਕ, ਮਤਲਬ ਯੁੱਗ ਬਣ ਗਿਆ ਆਪਣੇ ਆਪ ਦੇ ਵਿੱਚ। ਮੈਡੀਸਨ ਸਾਹਿਬ, ਗੁਲਾਮ ਅਲੀ ਸਾਹਿਬ, ਇਹ ਬੰਦਾ ਜਿਹੜਾ ਸੀ ਕਮਰਸ਼ਲੀ, ਹੀ ਵਾਜ਼ ਦਾ ਮੋ, ਦੇਖੋ ਗਾਇਕੀ ਪੱਖੋਂ ਮੇਰੀ ਨਜ਼ਰ 'ਚ, ਮੇਰੀ ਪਰਸਨਲ ਫੀਲਿੰਗ ਹੈ ਕਿ ਮੈਡੀਸਨ ਸਾਹਿਬ ਇਜ਼ ਨੰਬਰ 1, ਸ਼ਹਿਨਸ਼ਾਹ ਗਜ਼ਲ ਕਿਹਾ ਜਾ ਸਕਦਾ ਜੀ। ਪਰ ਉਹਦੇ ਬਾਵਜੂਦ ਜੇ ਮੈਨੂੰ ਤੁਸੀਂ ਪੁੱਛੋ ਵੀ ਕਮਰਸ਼ਲੀ ਹੀ ਵਾਜ਼ ਦਾ ਮੋਸਟ ਸਕਸੈਸਫੁਲ, ਉਹ ਜਗਜੀਤ ਸਿੰਘ ਚ ਸੀਗੇ। ਕਾਰਨ, ਉਹਦੀ ਸਿਲੈਕਸ਼ਨ ਆਫ ਪੋਇਟਰੀ ਹਲਕੀ ਸੀ, ਕਿਉਂਕਿ ਆਪਾਂ ਪੰਜਾਬ 'ਚ ਰਹਿੰਦੇ ਹਾਂ, ਦਿੱਲੀ ਰਹਿੰਦੇ ਹਾਂ, ਕਿਤੇ ਵੀ ਰਹਿੰਦੇ ਹਾਂ, ਸਾਨੂੰ ਉਰਦੂ ਸਖਤ ਨਹੀਂ ਆਉਂਦਾ, ਨਹੀਂ ਆਉਂਦਾ, ਸਾਨੂੰ ਹਿੰਦੀ ਵਰਗਾ ਉਰਦੂ ਚਾਹੀਦਾ ਜਿਹੜਾ ਅਸੀਂ ਛੇਤੀ ਸਮਝ ਆਈਏ। ਅਤੇ ਅੱਛਾ, ਦੂਸਰੀ ਜਿਹੜੀ ਖੂਬਸੂਰਤ ਗੱਲ ਸੀ ਜਗਜੀਤ ਸਿੰਘ ਉਹਨਾਂ ਦੀ ਗਾਇਕੀ 'ਚ, ਉਹਨਾਂ ਨੇ ਗਜ਼ਲ ਨੂੰ ਮੀਟਰ 'ਚ ਲਿਆਉਂਦਾ, ਸਮਝ ਗਿਆ ਮਤਲਬ? ਜੀ ਜੀ ਜੀ। ਉਹਨਾਂ ਨੇ ਇਹ ਨਹੀਂ ਵੀ ਪਿੱਛੇ ਆਵਾਜ਼ ਧੁੰਮ ਧੁ ਨਾ, ਉਹ ਇੱਕ ਪੈਟਰਨ 'ਚ ਰੱਖੀ ਆ, ਉਹ ਚੱਲ ਰਿਹਾ, ਉਹ ਗਾ ਰਹੇ ਨੇ, ਜਿਹੜਾ ਕਿ ਲੋਕਾਂ ਨੂੰ ਉਹਦੇ ਨਾਲ ਜੁੜਨਾ ਸੌਖਾ ਸੀ। ਤੁਸੀਂ ਉਹਨਾਂ ਦੀ ਕੋਈ ਗਜ਼ਲ ਚੁੱਕ ਲਓ। ਜੀ ਜੀ, ਬਿਲਕੁਲ ਬਿਲਕੁਲ, ਉਸੇ ਤਰ੍ਹਾਂ ਹੀ। ਇਹ ਮੇਰਾ ਜਿਹੜਾ ਸਵਾਲ ਸੀ ਇਹਦੇ ਨਾਲ ਹੀ ਕਿ ਜਿਹੜਾ ਅੱਜ ਬਹੁਤ ਮਸ਼ਹੂਰ ਆ ਨੰਬਰ 1 ਤੇ, ਮਤਲਬ ਮੈਂ ਪੰਜਾਬੀ ਦੇ 5 ਟੌਪ ਤੇ ਸਿੰਗਰ ਗਿਣ ਦਿੰਦਾ ਵੀ ਆਹ ਇਸ ਵੇਲੇ ਸਭ ਤੋਂ ਵੱਧ ਪਾਪੂਲਰ ਸਿੰਗਰ ਆ, ਦੁਸਾਂਝ ਇੱਕ ਹੈ ਜੀ, ਹਾਂਜੀ,
ਜ਼ਰੂਰੀ ਆ ਕਿ ਉਹੀ ਸਭ ਤੋਂ ਵਧੀਆ ਗਾਉਂਦੇ ਆ ਜਾਂ ਜਿਹੜਾ ਵਧੀਆ ਗਾਉਂਦਾ ਉਹੀ ਮਸ਼ਹੂਰ ਆ? ਨਹੀਂ, ਉਹਦਾ ਉਹਦੀ ਦੁਕਾਨ ਚੱਲਦੀ, ਤੁਸੀਂ ਸਮਝੇ ਕਿ ਨਹੀਂ? ਉਹ ਵਿਕਦਾ ਉਹ ਸਭ ਤੋਂ ਵਧੀਆ ਮੇਰੇ ਲਈ, ਉਹ ਮੇਰਾ ਬੱਚਾ, ਮੈਂ ਉਹਨੂੰ ਬਹੁਤ ਪਿਆਰ ਕਰਦਾ। ਉਹਦੀ ਜਿਹੜੀ ਜਿਸ ਗੱਲ ਦੀ ਕਾਮਯਾਬੀ, ਉਹਦੀ ਪ੍ਰੈਜੈਂਟੇਸ਼ਨ ਦੀ, ਇੱਕ ਤਾਂ ਜਵਾਨ ਮੁੰਡਾ, ਪਾਸਾ ਸਿੰਘ ਮਸਤਾਨਾ ਤਾਂ ਨਹੀਂ, ਅੱਡਾ ਢਿੱਡ ਕੱਢ ਕੇ ਗਏ ਜਦੋਂ ਮੇਰੀ ਆਰਤੀ ਉਠਾ ਕੇ ਚੱਲਣਗੇ। ਸੋਹਣਾ ਉਹ ਮੁੰਡਾ, ਬਿਲਕੁਲ ਨਸ਼ਿਆਂ ਤੋਂ ਰਹਿਤ ਹੈ ਜੀ। ਇੱਕ ਉਹਦੀ ਉਹਦੀ ਮੈਂ ਪਿੱਠ ਦੀ ਪਿੱਖ ਬੋਲਦਾ, ਹੰਬਲ ਬਹੁਤ, ਸਾਰੀ ਜ਼ਿੰਦਗੀ ਇੱਕ ਤੁੱਕਾ ਨਹੀਂ, ਕੋਈ ਬਦਫੈਲੀ ਨਹੀਂ, ਕਿਸੇ ਦਾ ਉਲਾਂਭਾ ਨਹੀਂ। ਉਹਦੀ ਮਾਂ ਨੇ ਉਹਨੂੰ ਕਿਹਾ ਵੀ ਇਹ ਪਾਸੇ ਲੱਗਾ, ਉਹਦੀ ਵੀ ਕ੍ਰਿਟੀਸਾਈਜ਼, ਉਹ ਲੱਕ 28 ਕੁੜੀ ਦਾ, ਮੈਨੂੰ ਤਾਂ ਉਹ 'ਚ ਭੈੜਾ ਨਹੀਂ ਲੱਗਾ, ਕਿਸੇ ਨੂੰ ਲੱਗਦਾ ਹੋਊਗਾ ਕੀ ਭੈੜਾ। ਵੀ ਉਹਨੇ ਮੈਂ ਉਹਨੇ ਉਹ ਗੱਲ ਕੀਤੀ ਨਾ ਵੀ ਜਦੋਂ ਤੇਰੇ ਗੱਲ 'ਤੇ ਗੋਲਾ ਤਿਲ ਹੈ, ਅਤੇ ਜੇ ਉਹ ਲੱਕ ਦੀ ਸਿਫਤ ਕੀਤੀ ਆ, ਉਹ ਮੈਨੂੰ ਕਿਉਂ? ਹਰ ਬੰਦਾ ਕਹਿੰਦਾ ਗੁਰਬਾਣੀ ਗਾਵੇ ਯਾਰ, ਆਮ ਸੋਰੀ, ਜਾਂ ਭਜਨ ਬੰਦਗੀ ਕਰੇ, ਕੁਛ ਕਰੇ। ਜੇ ਉਹਨੂੰ ਕੁਛ ਹੋਰ ਅੰਗਾਂ ਦੀ ਪ੍ਰਦਰਸ਼ਨੀ ਬਾਰੇ ਕਹਿੰਦਾ, ਫਿਰ ਵਲਗਾ। ਤੁਸੀਂ ਸਮਝੇ, ਮੈਂ ਮੇਰੇ ਵੇਲੇ ਇੱਕ ਗਾਣਾ ਸੀ, ਤੇਰੇ ਇੰਗਲੈਂਡ ਵਾਲੇ ਬਣਾਇਆ ਸੀ, ਤੇਰੇ ਲੁਛ ਲੁਛ ਕਰਦੇ ਅੰਗ ਤੱਕ ਤੇਰੀ ਕੁੜਤੀ ਹੋ ਗਈ ਤੰਗ ਜਵਾਨੀ ਜੋਰਾਂ ਦੀ। ਇਹ ਵੀ ਚੱਲਿਆ, ਆਮ ਟਾਕਿੰਗ ਅਬਾਊਟ 1966, ਪਰ ਵਲਗਰ ਸੀ। ਜਦ ਲੁਛ ਲੁਛ ਕਰਦੇ ਅੰਗ ਕਹਿੰਦੇ ਵਲਗਰ ਸੀ। ਮਾਨਕ ਸਾਹਿਬ ਕਹਿੰਦੇ ਲੱਕੋ ਪਤਲੀ ਜੱਟੀ ਹੈ ਪੱਟਾਂ ਤੋਂ ਭਾਰੀ, ਇਹ ਚੱਲਦੇ ਹੁੰਦੇ ਸੀ। ਇਹਨੂੰ ਹੁਣ ਤੁਸੀਂ ਬਲਗੈਰਿਟੀ 'ਚ ਕਿਹਨੂੰ ਰੱਖੋਗੇ? ਵੀ ਦਿਲਜੀਤ ਅਸ਼ਲੀਲ ਹੋ ਗਿਆ, ਪਹਿਲੇ ਅਸ਼ਲੀਲ ਸੀ ਜਾਂ ਇਹ ਥੋੜ੍ਹੇ ਥੋੜ੍ਹੇ ਸਾਰੇ ਚੱਲਦੇ ਆਏ? ਪਹਿਲਾਂ ਵੀ ਅਸ਼ਲੀਲ ਸੀ, ਹੁਣ ਵੀ ਨੇ। ਅਸ਼ਲੀਲ ਦਾ ਮੀਟਰ ਤੁਹਾਡੇ ਕੋਲ ਹੈ, ਮੇਰੇ ਕੋਲ ਨਹੀਂ, ਆਵਾਮ ਕੋਲ ਹੈ। ਸਿੱਧੀ ਜਿਹੀ ਗੱਲ ਹੈ, ਤੁਹਾਨੂੰ ਅਸ਼ਲੀਲ ਲੱਗਦਾ ਨਾ ਲਓ। ਤੁਸੀਂ ਸਿਗਰਟ ਪੀਂਦੇ ਹੋ? ਨਹੀਂ ਪੀਂਦੇ ਨਾ, ਡੱਬੀਆਂ ਉੱਥੇ ਪਈਆਂ ਨੇ, ਦੁੱਧ ਵੀ ਪਿਆ। ਜਦੋਂ ਆਹ ਜਿਹੜੇ ਕੋਰਨਰ ਸਟੋਰ ਹੁੰਦੇ ਨੇ, ਉੱਥੇ ਆਂਡੇ ਵੀ ਪਏ, ਆਹ ਵੀ ਪਿਆ, ਦੁੱਧ ਵੀ ਪਿਆ, ਸਿਗਰਟਾਂ ਵੀ ਪਈਆਂ। ਤੁਸੀਂ ਪੀਂਦੇ ਨਹੀਂ ਹੈ ਨਾ, ਤੁਸੀਂ ਕਦੇ ਡੱਬੀ ਲਈ ਹੈ? ਮੇਰੀ ਵੀ ਇਹੀ ਲੋਕਾਂ ਨੂੰ ਸਲਾਹ ਪਾਈ, ਲੱਕ 28 ਹੋਵੇ ਚਾਹੇ ਪਾਰੀ ਪੱਟਾਂ ਦੀ ਹੋਵੇ, ਤੁਹਾਨੂੰ ਇਹ ਤੁਸੀਂ ਸਮਝਦੇ ਹੋ ਮਾੜੀ ਗੱਲ ਹੈ, ਡੋਂਟ ਬਾਈ ਇਟ। ਤੁਸੀਂ ਚੰਗੇ ਸਾਹਿਤ ਨੂੰ ਪ੍ਰਮੋਟ ਕਰੋ। ਉਹ ਕਿਵੇਂ ਹੋ ਸਕਦਾ? ਉਹਦੇ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਇਹ ਮੈਂ ਕਈ ਵਾਰੀ ਕਹਿ ਜਾਂਦਾ, ਅਸੀਂ ਨਾ ਹਰ ਬਲੇਮ ਗਾਉਣ ਵਾਲੇ 'ਤੇ, ਵਜਾਉਣ ਵਾਲੇ 'ਤੇ, ਜੇ ਉਹ ਇਸ ਕੰਮ 'ਚ ਕਿਉਂ ਨੇ? ਸਿੱਧੀ ਜਿਹੀ ਗੱਲ, ਦੇ ਰਹੇ ਹੈ ਟੂ ਮੇਕ ਮਨੀ, ਸਹੀ ਹੈ। ਬਿਲਕੁਲ, ਅਸੀਂ ਚਾਹੁੰਦੇ ਹਾਂ ਭਾਈ, ਉਹਨਾਂ ਨੂੰ ਖਰੀਦਦਾ ਕੌਣ ਹੈ? ਅਸੀਂ, ਕੋਈ ਤਾਂ ਖਰੀਦਦਾ, ਉਹ ਜ਼ਿੰਮੇਦਾਰ ਨੇ। ਤੁਸੀਂ ਜੇ ਅੱਛੀਆਂ ਗੱਲਾਂ, ਕਦਰਾਂ ਕੀਮਤਾਂ ਪੈਦਾ ਕਰਨੀ ਚਾਹੁੰਦੇ, ਬੜਾ ਬੜਾ ਸੌਖਾ ਜਿਹਾ ਸਲੂਸ਼ਨ। ਕੈਨੇਡਾ 'ਚ ਅੱਜ ਕੱਲ੍ਹ $15 ਮਿਨੀਮਮ ਵੇਜ ਹੈ, ਸਹੀ ਗੱਲ ਜੀ? ਤੁਸੀਂ ਹਰ ਮਹੀਨੇ $15 ਕੱਢ ਕੇ ਲਾਂਭੇ ਰੱਖ ਲਓ। ਓਕੇ, ਉਹਦੀ ਕੋਈ ਅੱਛੀ ਪੁਸਤਕ, ਅੱਛੀ CD, ਅੱਛਾ ਸੰਗੀਤ, ਹੋਰ ਨਹੀਂ ਤਾਂ ਆਪਣੀ ਘਰ ਵਾਲੀ ਨੂੰ ਲੈ ਕੇ ਫਿਲਮ ਦੇਖ ਆਓ, ਚੰਗੀ ਪੰਜਾਬੀ ਫਿਲਮ। ਜਦੋਂ ਅੱਛੀ ਸ਼ਾਇਰੀ ਨੂੰ ਪ੍ਰਮੋਟ ਕਰਨ ਲਈ ਤੁਸੀਂ $15 ਵੱਧ, $15 ਕੀ ਹੈ? ਜੇ ਦੋ ਬੰਦੇ ਕੌਫੀ ਪੀ ਲੈਣ ਤਾਂ ਮਿਲ ਆ ਜਾਂਦਾ। ਕੀ ਇਹ ਪੰਜਾਬੀ ਕਰ ਰਿਹਾ? ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦਿੰਦਾ, ਕੱਲ੍ਹ ਪਰਸੋਂ ਦੀ ਮੈਂ ਇੱਥੇ, ਮੇਰੇ ਮਿੱਤਰ, ਉਹਨਾਂ ਨੇ ਬੜਾ ਵਧੀਆ ਪ੍ਰੋਗਰਾਮ ਕੀਤਾ, ਬਾਦ ਸਾਹਿਬ ਨੇ, ਬਲਦੇਵ ਸਿੰਘ ਬਾਠੋਣੀ, ਹਾਂਜੀ, ਬਹੁਤ ਕਮਾਲ ਦਾ ਪ੍ਰੋਗਰਾਮ, ਬਹੁਤ ਵਧੀਆ ਇਨਸਾਨ ਨੇ ਜੀ। ਉੱਥੇ ਉਹਨਾਂ ਨੇ ਲੀਲਾ ਜਿਹੜੀ ਨਵੀਂ ਰਿਲੀਜ਼ ਕੀਤੀ ਹੈ, ਉਹ ਬੜੇ ਸ਼ਰਧਾ ਵਾਲੇ ਸੱਜਣ ਨੇ, ਉਹ ਕਿਤਾਬ ਦੀ ਕੀਮਤ $50-60 ਤੋਂ ਘੱਟ ਨਹੀਂ। ਬਿਲਕੁਲ, ਅਤੇ ਉਹਨਾਂ ਨੇ ਕਿਹਾ, ਉਹਨਾਂ ਨੇ ਸਾਰਿਆਂ ਨੂੰ ਗਿਫਟ ਵਜੋਂ ਦਿੱਤੀ ਹੈ। ਐਗਜੈਕਟਲੀ, ਔਰ ਲੋਕ ਇੱਦਾਂ ਭੱਜੇ ਗਏ ਜਿੱਦਾਂ ਤਾਜ਼ੇ ਤਲੇ ਪਕੌੜੇ ਹੁੰਦੇ। ਸੱਚੀ ਗੱਲ, ਮੈਂ ਦਾਅਵੇ ਨਾਲ ਕਹਿੰਦਾ ਉਹਨਾਂ 'ਚੋਂ 15% ਨੇ ਕੋਈ ਕਿਤਾਬ ਨਹੀਂ ਪੜ੍ਹਨੀ, ਜੇ ਪੜ੍ਹੀ ਵੀ ਆ ਉਹਨਾਂ 'ਚ, ਉਹਨਾਂ 'ਚੋਂ 80% ਨੂੰ ਸਮਝ ਵੀ ਨਹੀਂ ਆਉਣੀ, ਕਿਉਂਕਿ ਉਹ ਬੜੀ ਬਰੀਕ ਬੁੱਧੀ ਦੀ ਕਿਤਾਬ ਲਿਖੀ ਹੋ, ਪਰ ਕਿਉਂਕਿ ਉਹ ਫ੍ਰੀ ਆ, ਲੋਕ 2-2, 3-3 ਚੁੱਕ ਕੇ ਲੈ ਗਏ। ਹੁਣ ਇਹ ਬਾਠ ਸਾਹਿਬ ਨੇ ਚੰਗਾ ਕੀਤਾ ਕਿ ਮਾੜਾ? ਨਹੀਂ, ਇਹਨਾਂ ਵੱਲੋਂ ਤਾਂ ਚੰਗਾ ਕਦਮ ਹੈ। ਓਵਰਆਲ ਕੀ ਹੋਇਆ? ਓਵਰਆਲ ਮੈਨੂੰ ਤਾਂ ਨੈਗੇਟਿਵ ਰਿਜ਼ਲਟ ਲੱਗਾ, ਮੈਨੂੰ ਦੁੱਖ ਨਾ ਕਹਿਣਾ ਪੈਂਦਾ। ਫਿਰ ਅਸੀਂ ਜਦੋਂ ਕਹਿੰਦੇ ਹਾਂ ਕਿ ਕਿਤਾਬਾਂ ਨੂੰ ਪ੍ਰਮੋਟ ਕਰਨਾ ਚਾਹੀਦਾ, ਕਿਤਾਬਾਂ ਦਾ ਪ੍ਰਸ਼ਾਦ ਵੰਡਣਾ ਚਾਹੀਦਾ, ਉਹਦੇ ਕੀ ਅਰਥ? ਉਹ ਕਿਉਂ ਪ੍ਰਸ਼ਾਦ ਵੰਡੋ? ਮੈਨੂੰ ਜਦ ਮੇਰੀ ਪਹਿਲੀ ਕਿਤਾਬ ਸੁਰਾਂ ਦੇ ਸੌਦਾਗਰ ਆਈ, ਅਤੇ ਮੇਰਾ ਆਈਡਲ ਸੀ ਗਾਰਗੀ ਸਾਹਿਬ, ਉਹਨਾਂ ਨੇ ਮੇਰੀ ਦਿੱਲੀ ਕਿਤਾਬ ਰਿਲੀਜ਼ ਕੀਤੀ, ਸੁਰਿੰਦਰ ਕੌਰ ਹੋਰ ਜਿਹੜੇ ਉੱਥੇ ਜਿਹੜੇ ਨਾ ਵਾਇਸ ਜਸਪਾਲ ਸਿੰਘ ਵਾਈਸ ਚਾਂਸਲਰ ਯੂਨੀਵਰਸਿਟੀ ਦੇ, ਉਹ ਮੌਜ਼ੰਬੀਕ ਨੂੰ ਅੰਬੈਸਡਰ ਬਣ ਕੇ ਜਾ ਰਹੇ ਸੀ। ਦਿਸ ਇਜ਼ ਵੇ ਬੈਕ। ਅੱਛਾ ਜੀ। ਉਹਨਾਂ ਨੇ, ਉਹ ਗਾਰਗੀ ਸਾਹਿਬ ਵੀ ਸੀ, ਗਾਰਗੀ ਸਾਹਿਬ ਨੂੰ ਥੋੜ੍ਹਾ ਜਿਹਾ ਢਿੱਲੇ ਸੀ, ਉਹਨਾਂ ਨੂੰ ਭੁੱਲ ਜਾਂਦਾ ਸੀ, ਓਲ ਟਾਈਮਰ। ਮੈਨੂੰ ਕਹਿੰਦੇ, ਮੇਰੇ ਦੋਸਤ ਸੀ ਮੇਰੇ, ਆਉਂਦੇ ਜਾਂਦੇ ਮੇਰੇ ਕੋਲ ਰਹਿੰਦੇ ਵੀ ਸੀ, ਕਹਿੰਦੇ ਇਕਬਾਲ, ਮੈਂ ਕਿਹਾ ਹਾਂਜੀ, ਕਹਿੰਦਾ ਹੁਣ ਝੋਲੇ 'ਚ ਪਾ ਕੇ ਵੰਡਣ ਨਾਲ ਤੁਰ ਪਏ। ਪਿਆਰ ਸਹਿਤ ਅਸ਼ੋਕ ਜੀ ਨੂੰ, ਫਲਾਨੇ ਨੂੰ, ਸੋਹਣ ਸਿੰਘ ਜੀ ਨੂੰ, ਮੇਰੇ ਪਿਆਰੇ ਮਿੱਤਰ ਨੂੰ, ਖਬਰਦਾਰ, ਲੋਕ ਕਿਤਾਬ ਖਰੀਦਣ ਫਿਰ ਆਟੋਗ੍ਰਾਫ ਕਰੇ। ਜੇ ਤੁਹਾਡੀ ਕਿਤਾਬ ਕੋਈ ਹੋਰ ਲੈ ਕੇ ਵੰਡ ਦੇਵੇ, ਤੁਸੀਂ ਤਾਂ ਨਹੀਂ ਦੇ ਰਹੇ, ਉਹ ਤਾਂ ਮਾੜੀ ਗੱਲ। ਉਹ
ਫਿਰ ਮੇਰੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ, ਮੈਂ ਕਈਆਂ ਨੇ ਵੰਡੀਆਂ ਵੀ ਨੇ। ਹੁਣ ਮੈਂ ਤੁਹਾਨੂੰ ਸੱਚੀ ਦੱਸਾਂ, ਜਿੱਦਣ ਮੇਰੀ ਕਿਤਾਬ ਰਿਲੀਜ਼ ਹੋਈ ਸੀ 600 ਕਿਤਾਬ ਇੱਕ ਦਿਨ 'ਚ ਵਿਕੀ ਆ। ਇਹ ਬਿਲਕੁਲ ਗੱਪ ਲੱਗਦੀ ਹੈ ਵੀ ਇੱਦਾਂ ਵੀ ਕਦੀ ਹੋ ਸਕਦਾ। ਜਿਹੜੇ ਸੁਨੇਹੀ ਸੀ ਸੱਦੇ ਚਾਹ ਪਾਣੀ ਪੜਾਇਆ, ਉਹਦੀ ਗੱਲਬਾਤ ਹੋਈ, 10 ਡਾਲਰ ਦੀ ਕਿਤਾਬ ਸੀ। ਮੇਰੀ ਵਾਈਫ ਅਤੇ ਉਹਦੀ ਫਰੈਂਡ ਹੈ ਪਰਮਜੀਤ, ਉਹ ਬੈਠੇ ਸੀ। ਹਾਂਜੀ ਬੇਟਾ, ਆਹ ਮੈਨੂੰ 5 ਦੇ ਦਿਓ, 50 ਡਾਲਰ ਰੱਖ ਕੇ ਚਲੇ ਗਏ। ਲੋਕਾਂ ਨੇ 10 ਕਿਤਾਬਾਂ ਵੀ, ਕਈਆਂ ਨੇ 10-10 ਖਰੀਦੀਆਂ। ਅਤੇ ਮੈਂ ਪੁੱਛਿਆ ਕੀ ਗੱਲ, ਕਹਿੰਦੇ ਹੁਣ ਕ੍ਰਿਸਮਸ ਆਉਣੀ ਹੈ ਨਾ, ਅਸੀਂ ਲੋਕਾਂ ਨੂੰ ਗਿਫਟ ਦਿਆਂਗੇ, ਪੜ੍ਹਨ ਚੰਗੀ ਗੱਲ ਪੜ੍ਹਨ। ਉੱਦਮ ਚੰਗਾ ਸੀ, ਉਹਦਾ ਰਿਜ਼ਲਟ ਇਹ ਆ ਮੇਰੀਆਂ ਕਿਤਾਬਾਂ 600 ਨਿਕਲ ਗਈਆਂ। ਮੈਨੂੰ ਪਰਸਨਲ ਤੌਰ 'ਤੇ ਸੈਟਿਸਫੈਕਸ਼ਨ ਹੋਈ, ਬਾਕੀ ਗੁਲਾਟੀ ਸਾਹਿਬ ਨੂੰ ਵੀ 2 ਰੁਪਈਏ ਮੁੜਿਆ। ਮੈਂ ਨਹੀਂ ਕਹਿੰਦਾ ਕਿ ਚੜਾ ਠੀਕ ਹੈ ਜਾਂ ਨਹੀਂ ਹੈ, ਮੈਂ ਤਾਂ ਇੰਪੋਜ਼ ਥੋੜ੍ਹੀ ਕੀਤੀਆਂ ਵੀ ਤੁਸੀਂ ਫਰੀ ਚੱਕ ਲੈ ਜਾਓ। ਕਿਸੇ ਬੰਦੇ ਨੇ ਤਾਂ 100 ਡਾਲਰ ਖਰਚਿਆ ਕਿ ਯਾਰ ਮੈਂ ਇਸ ਸਾਹਿਤ ਨੂੰ ਸਹਿਯੋਗ ਦੇਣਾ, ਇੱਕ ਬੰਦੇ ਦੀ ਐਫਰਟ ਹੈ। ਜੇ 10 ਬੰਦੇ 10-10 ਖਰਚ ਦਿੰਦੇ ਫਿਰ ਕੀ ਮਾੜੀ ਗੱਲ ਸੀ। ਇੱਕ ਬੰਦੇ ਦਾ ਜਿਗਰਾ ਸੀ, ਮੈਂ ਗਿਫਟ ਦੇਣੀ ਆ ਕਿਸੇ ਦਾ, ਮਤਲਬ ਕ੍ਰਿਸਮਸ ਜਿੱਦਾਂ ਕਿਹਾ ਤੂੰ, ਮੈਂ ਉਹਨੂੰ ਨੈਗੇਟਿਵ ਨਹੀਂ ਸਮਝਦਾ, ਮੇਰੇ ਲਈ ਪੋਜ਼ਿਟਿਵ ਹੈ ਕਿ ਇਹ ਉਪਰਾਲਾ ਜਿਹੜੀਆਂ ਕਿਸੇ ਨੇ ਤਾਂ ਪੈਸੇ, ਹੁਣ ਉਹ 1 ਡਾਲਰ ਦੀ ਕਿਤਾਬ ਨਹੀਂ ਉਹ ਸੀਗੀ, ਸਾਰੇ ਉਹਨਾਂ ਨੇ ਪੈਸੇ ਦਿੱਤੇ ਸੀ, ਲੋਕ 2-2-3-3 ਚੁੱਕ ਕੇ ਲੈ ਗਏ। ਇਹ ਆਪਾਂ ਕਈ ਵਾਰੀ ਇਹ ਗੱਲ ਕਹਿੰਦੇ ਆ ਜਿਹੜੇ ਕਿਤਾਬਾਂ ਦੇ ਪ੍ਰਸ਼ੰਸਕ ਆ ਵੀ ਕਿਤਾਬ ਘਰ ਪਈ ਰਹਿਣੀ ਚਾਹੀਦੀ ਆ, ਇਹ ਕਦੇ ਤੁਹਾਨੂੰ ਪੜ੍ਹੂਗੀ। ਇੱਦਾਂ ਨਹੀਂ ਵੀ ਉਹ ਜੇ ਲੀਲਾ ਉੱਥੇ ਪਈ ਆ ਕਿਸੇ ਦੇ ਘਰ ਦੇ ਵਿੱਚ, ਕਦੇ ਕੋਈ ਉਹਨਾਂ ਦੇ ਘਰ 'ਚ ਆਜੂਗਾ ਉਹ ਪੜ੍ਹ ਲੂਗਾ, ਇਹਨੂੰ ਇੱਦਾਂ ਨਹੀਂ ਦੇਖਿਆ ਜਾ ਸਕਦਾ। ਚਲੋ ਜੀ, ਉਮੀਦ ਕਰਦਾ ਲੋਕ ਪੜ੍ਹ ਲੈਣ ਕਦੀ। ਜੀ ਬਿਲਕੁਲ ਮਲਸ, ਬਾਕੀ ਇਹ ਗੱਲ ਤੁਹਾਡੇ ਘਰ ਸ਼ਰਾਬ ਦੀ ਬੋਤਲ ਪਈ ਰਹੇ ਅਲਮਾਰੀ 'ਚ ਪਈ ਰਹਿੰਦੀ ਆ, ਕਦੀ 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 ਕੋਈ ਆਊਗਾ ਪੀ ਜੂਗਾ ਨਹੀਂ। ਜਿਹਨਾਂ ਨੂੰ ਪੜ੍ਹਨ ਦਾ ਸ਼ੌਕ ਹੈ ਨਾ, ਜਿਹਨਾਂ ਦੇ ਅੰਦਰ ਤਮਾ ਹੈ, ਇਹ ਕਹਿੰਦੇ ਸਿਗਰਟ ਨਹੀਂ ਪੀਤੀ, ਮੈਨੂੰ ਪਤਾ ਨਹੀਂ ਸਿਗਰਟ ਕਿੱਥੇ ਹੁੰਦੀ, ਜਿਹੜੇ ਸਿਗਰਟ ਪੀਂਦੇ ਨੂੰ ਕਹਿੰਦੇ ਤਲਬ ਹੁੰਦੀ ਹੈ। ਬਿਲਕੁਲ ਬਿਲਕੁਲ, ਸਮਝੇ ਕਿ ਨਹੀਂ। ਜਦੋਂ ਪੜ੍ਹਨ ਦਾ ਸ਼ੌਕ ਹੁੰਦਾ ਨਾ, ਇਹ ਵੀ ਤਲਬ ਹੈ। ਜਹਾਜ਼ ਪੜ੍ਹਦਾ ਕਿਤਾਬ ਪੜ੍ਹਦਾ ਹੈ, ਮੈਂ ਘਰ 'ਚ ਬੈਠਾ ਹਾਂ, ਲੋਕ ਟੀ ਵੀ ਦੇਖਦੇ, ਮੈਂ ਉੱਠ ਕੇ ਕਿਤਾਬ ਪੜ੍ਹ ਲੈਂਦਾ। ਰਾਜੇ ਮੇਰੀ ਬੇਸਿਕ ਐਜੂਕੇਸ਼ਨ ਪੰਜਾਬੀ ਦੀ 10ਵੀਂ ਪਾਸ ਹੈ, ਮੈਟ੍ਰਿਕ। ਕੋਈ ਬਾਹਲੀ ਫਸਟ ਡਿਵੀਜ਼ਨ ਵਾਲਾ ਨਹੀਂ ਸੀ, ਠੀਕ ਠਾਕ ਹੀ ਸੀਗਾ, ਪਾਸ ਮਾਰ ਕੇ ਸੀ, ਮੈਨੂੰ ਸ਼ਰਮ ਵੀ ਕੋਈ ਨਹੀਂ। ਜੀ ਜੀ, ਪਰ ਉਹ ਪੜ੍ਹਾਈ ਸਕੂਲ ਦੀ ਮੁੱਕਣ ਤੋਂ ਬਾਅਦ ਜੋ ਮੈਂ ਪੜ੍ਹਿਆ, ਉਹਨੇ ਮੇਰੇ ਗਿਆਨ 'ਚ ਵਾਧਾ ਕੀਤਾ, ਮੈਨੂੰ ਬੋਲਣੇ 'ਚ, ਭਾਸ਼ਾ 'ਚ, ਵੋਕੈਬਲਰੀ 'ਚ ਵਾਧਾ ਹੋਇਆ। ਬੰਦੇ ਦੀ ਤਾਂ ਪੜ੍ਹਾਈ ਸਾਰੀ ਜ਼ਿੰਦਗੀ ਨਹੀਂ ਮੁੱਕਣੀ ਚਾਹੀਦੀ। ਅਸੀਂ ਪੜ੍ਹਦੇ ਵੀ ਹਾਂ ਜਮਾਤਾਂ ਪਾਸ ਕਰਕੇ ਨੌਕਰੀ ਵਾਸਤੇ, ਹਾਏ ਮੇਰੇ ਇੰਨੇ ਫਸਟ ਡਿਵੀਜ਼ਨ। ਬਿਲਕੁਲ ਬਿਲਕੁਲ, ਕੀ ਜਿਹੜਾ 3rd ਡਿਵੀਜ਼ਨ ਵਾਲਾ ਉਹਨੂੰ ਹੱਕ ਨਹੀਂ, ਮੈਂ 3rd ਡਿਵੀਜ਼ਨ ਵਾਲਾ ਚੱਲ ਰਿਹਾ, 1st ਡਿਵੀਜ਼ਨ ਵਾਲਾ ਘਰ ਬੈਠਾ ਹਾਲ ਬਾਰਿਆ। ਜੀ ਜੀ ਠੀਕ ਹੈ। ਗੱਲ ਇਹ ਆ ਕਿ ਇਹ ਗਿਆਨ ਹੈ, ਗ੍ਰਹਿਣ ਕਰਨ ਦੀ ਸ਼ਕਤੀ ਪੈਦਾ ਕਰੋ, ਹਰ ਵੇਲੇ ਤੁਸੀਂ ਕੋਈ ਕੁਛ ਸਿੱਖ ਰਹੇ। ਜਿਹੜਾ ਸਾਡੇ ਕੋਲ ਇੱਕ ਗਾਇਕੀ ਹੈ, ਉਹਦੇ ਲਈ ਅਸੀਂ ਬਹੁਤ ਸਾਰੇ ਸ਼ੋਅ ਦੇਖਦੇ ਹਾਂ, ਤੁਹਾਡਾ ਖਾਸ ਕੋਈ ਵੀ ਗਾਇਕੀ, ਜਿਹੜੇ ਸਾਡੇ ਅੱਜ ਕੱਲ੍ਹ ਦੇ ਗਾਇਕ ਆ, ਜਿਹੜੀ ਕਮਰਸ਼ੀਅਲ ਜਿਹੜੇ ਮਸ਼ਹੂਰ ਸਿੰਗਰ ਉਹਨਾਂ ਨੂੰ ਦੇਖਦੇ ਹਾਂ, ਇਸੇ ਤਰ੍ਹਾਂ ਹੀ ਸਾਡੇ ਕੋਲ ਹੋਰ ਵੀ ਜਿਹੜੀਆਂ ਕੋਮਲ ਕਲਾਵਾਂ ਨੇ, ਮੰਨ ਲਓ ਥੀਏਟਰ ਆ, ਸਾਡੇ ਕੋਲ ਕੋਈ ਪੇਂਟਿੰਗ ਆ, ਹੁਣ ਚਿੱਤਰਕਾਰੀ ਆ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਮੰਨ ਲਓ ਕੋਈ ਫ੍ਰੀ ਦਿਖਾ ਦਿੰਦੇ ਹੋ ਅਸੀਂ ਕਿਸੇ ਨੂੰ, ਉਹ ਠੀਕ ਆ ਕਿ ਜਾਂ ਉਹਦੇ 'ਚ ਕਹਿੰਦੇ ਕਲਚਰ ਪੈਦਾ ਕਰਨਾ ਚਾਹੀਦਾ ਵੀ ਉਹ ਟਿਕਟ ਖਰੀਦ ਕੇ ਆਉਣ? ਇਹ ਲਗਭਗ ਉਦਾਂ ਦੀ ਗੱਲ ਹੀ ਆ ਫ੍ਰੀ ਕਿਤਾਬਾਂ ਵੰਡਣ। ਮੈਂ ਤੁਸੀਂ ਜੋ ਪੁੱਛਣਾ ਚਾਹੁੰਦੇ ਮੈਂ ਸਮਝ ਗਿਆ, ਚੱਕਰ ਇਹ ਆ ਕਿ ਲੋਕਾਂ 'ਚ ਸਾਡੇ, ਖਾਸ ਕਰਕੇ ਪੰਜਾਬੀਆਂ 'ਚ, ਉਹ ਫਾਈਨ ਆਰਟ ਪ੍ਰਤੀ ਉਹ ਸੁਹਿਰਦਤਾ ਨਹੀਂ ਜਿਹੜੀ ਬੰਗਾਲੀਆਂ 'ਚ। ਬੰਗਾਲੀ ਕੁੜੀ ਦਾ ਉਹਨਾਂ ਚਿਰ ਵਿਆਹ ਨਹੀਂ ਹੁੰਦਾ ਜੇ ਉਹਨੂੰ ਡਾਂਸ ਨਾ ਆਉਂਦਾ ਹੋਵੇ, ਜਾਂ ਕੋਈ ਇੰਸਟਰੂਮੈਂਟ ਨਾ ਆਉਂਦਾ ਹੋਵੇ, ਜਾਂ ਰਾਗ ਨਾ ਆਉਂਦਾ ਹੋਵੇ, ਜਾਂ ਚਿੱਤਰਕਾਰੀ ਆਉਂਦੀ ਹੋਵੇ, ਉਹ ਕੁੜੀ ਨੂੰ ਚਿੱਤਰਕਾਰੀ ਨੇ ਨਹੀਂ ਵਿਆਹ ਕਰਨਾ, ਜਵਾਬ ਦੇ। ਸਾਡੇ 'ਚ ਇੰਨੀ ਕਾਬਲੀਅਤ ਪੈਦਾ ਨਹੀਂ ਹੋਈ ਕਿ ਅਸੀਂ ਕਹਿ ਸਕੀਏ ਯਾਰ ਗਾਣਾ ਫਜ਼ੂਲ ਹੈ। ਮੈਨੂੰ ਗਾਣੇ ਦਾ ਸ਼ੌਕ ਸੀ, ਮੇਰੇ ਫਾਦਰ ਨੇ ਝਿੜਕੇ ਮਾਰੇ, ਖਬਰਦਾਰ ਮੇਰੀ ਕਵਿਤਾ ਲਿਖੀ, ਕਾਲਜ ਦੇ ਮੈਗਜ਼ੀਨ 'ਚ ਵੀ ਛਪੀ, ਅਤੇ ਮੇਰਾ ਨਾਮ ਹੁੰਦਾ ਸੀ ਇਕਬਾਲ ਨੂਰ, ਪੰਗੇ ਕਾਲਜ ਮੈਨੂੰ ਇਕਬਾਲ ਨੂਰ ਨਾਲ ਜਾਣਦੇ ਸੀ। ਅੱਛਾ ਜੀ। ਜਦ ਮੇਰੇ ਫਾਦਰ ਸਾਹਿਬ ਨੂੰ ਪਤਾ ਲੱਗਾ, ਉਹਨਾਂ ਨੇ ਭੜਕਾਂਤਰ ਕੀਤਾ, ਸਾਲਾ ਹੋਇਆ ਨੂਰ ਬਣਦਾ, ਤੇਰਾ ਪਿਓ ਬਾਬਾ ਸ਼ਾਇਰ ਨੇ, ਤੂੰ ਕਿੱਥੋਂ ਦਾ ਪੈਦਾ ਹੋ ਗਿਆ, ਹੋਰ ਗੱਲਾਂ ਦੀਆਂ ਹੋ। ਜਦ ਮੈਂ ਸੁਰਾਂ ਦੇ ਸੌਦਾਗਰ ਲਿਖੀ ਹੈ ਨਾ, ਤਾਂ ਮੈਨੂੰ ਪਾਪਾ ਪ੍ਰੀਤਮ ਸਿੰਘ ਦੀ ਚਿੱਠੀ ਆਈ ਵੀ ਇਕਬਾਲ ਲੱਗਦਾ ਸਰਸਵਤੀ ਤੇਰੇ 'ਤੇ ਮਿਹਰਬਾਨ ਹੋ ਗਈ। ਮੇਰੇ 4 ਆਰਟੀਕਲ ਕੋਈ 6-7 ਮਹੀਨੇ ਛਪੇ, ਹਰ 2-3 ਮਹੀਨੇ ਮੇਰੇ ਇੱਕ ਆਰਟੀਕਲ ਛਪਦਾ ਸੀ ਵੀ ਤੂੰ ਇੰਝ ਕਰ ਕਾਕਾ, ਤੂੰ ਕਿਤਾਬ ਪੂਰੀ ਕਰ, ਮੈਂ ਤੇਰੀ ਕਿਤਾਬ ਛਾਪੂੰਗਾ। ਅਮੂਮਨ ਜਿਹੜੇ ਬਾਹਰ ਰੋਕ ਲੈਂਦੇ ਨੇ ਉਹ ਪੈਸੇ ਦੇ ਕਿਤਾਬਾਂ ਛਪਾਉਂਦੇ ਨੇ, ਅਤੇ ਮੇਰੇ ਲਈ ਮਾਣ ਸੀ ਕਿ ਪਬਲਿਸ਼ਰ ਨੇ ਕਿਹਾ ਮੈਂ ਤੇਰੀ ਕਿਤਾਬ ਬੇਟੇ ਛਾਪੂੰਗਾ। ਉਹ ਮੈਂ ਚਿੱਠੀ ਚੁੱਕੀ,
ਜਿਹੜੇ ਚਾਰ ਪੰਜ ਮੈਗਜ਼ੀਨ 'ਚੋਂ ਮੇਰੇ ਆਰਟੀਕਲ ਛਪੇ ਸੀ ਉਹ ਚੁੱਕ ਕੇ ਕੱਛ 'ਚ ਪਾਏ ਅਤੇ ਆਪਣੇ ਪੇਰੈਂਟਸ ਦੇ ਘਰ ਡੈਡੀ ਕੋਲ ਗਿਆ। ਮੈਂ ਕਿਹਾ ਦੇਖੋ ਵੀ ਜੀ ਆਹ ਦੇਖੋ ਚਿੱਠੀ ਆਈ, ਉਹ ਮੇਰੀ ਕਿਤਾਬ ਛਪਣੀ ਹੈ। ਮੇਰੀ ਮਾਂ ਤਾਂ ਹਲੇ ਪੜ੍ਹ ਲੈਂਦੀ ਗੁਰਮੁਖੀ, ਪਾਪਾ ਜੀ ਨਹੀਂ ਸੀ ਪੜ੍ਹ ਸਕਦੇ, ਉਰਦੂ ਜਨਰੇਸ਼ਨ ਸੀ, ਉਹ ਦਿੱਲੀ ਰਹੇ। ਉਹ ਕਹਿੰਦੇ ਉਹ ਕਮਲ ਹੈ ਤੈਨੂੰ ਅਕਲ ਕਦੋਂ ਆਊਗੀ, ਅਨੀਕ ਜੀ ਕੁੜੀ ਇਹਨੂੰ ਟਾਈਮ ਦਿਓ। ਹੋਇਆ ਰਾਈਟਰ, ਤੇਰਾ ਪਿਓ ਨਾ ਰਾਈਟਰ, ਬਾਬਾ ਨਾ ਰਾਈਟਰ। ਮੇਰੀ ਉਹ ਝੰਡ ਕੀਤੀ, ਤੁਸੀਂ ਬਿਲੀਵ ਨਹੀਂ ਕਰਿਆ, ਆਈ ਫੈਲ ਸੋ ਸਮਾਲ। ਫਿਰ ਮੈਂ ਉਹ ਕੰਪਲੀਟ ਕਿਤਾਬ ਕੀਤੀ ਪਰ ਦੱਸਿਆ ਕਿਸੇ ਨੂੰ ਨਹੀਂ। ਜਿੱਦਣ ਮੇਰੀ ਕਿਤਾਬ ਦਾ ਉਦਘਾਟਨ ਸੀ, ਮੇਰੀ ਮਾਂ ਸ਼ਰਮ ਦੀ ਮਾਰੀ ਕਿਤਾਬ ਦੇ ਉਦਘਾਟਨ ਦੇ ਨਹੀਂ ਆਈ। ਹਾਏ ਮੁੰਡੇ ਨੇ ਕੀ ਕਿਤਾਬਾਂ ਕੱਢੀ ਵਰ, ਮੈਂ ਝੂਠ ਨਹੀਂ ਬੋਲ ਰਿਹਾ। ਉਹਨਾਂ ਦੇ ਅੰਦਰ ਉਹ ਦੀਵਾ ਨਹੀਂ ਜਲਦਾ ਸੀ, ਪਰ ਜਿਹਨਾਂ ਦੇ ਦੀਵਾ ਜਲਦਾ ਸੀ ਉਹ ਮੇਰੇ ਪ੍ਰਸ਼ੰਸਕ ਸੀ, ਸ਼ੁਭ ਚਿੰਤਕ ਕਿਹਾ ਜਾ ਸਕਦਾ। ਉਹ ਕਹਿੰਦੇ ਨੇ ਇੱਕ ਵਾਰ ਮੈਨੂੰ, ਯਾਰ ਪੰਚ ਹੈ ਤੁਸੀਂ ਕੀ ਕਰਨੇ ਯਾਰ, ਛੱਡੋ ਛੱਡ ਯਾਰ, ਮੋਰੇ ਕ੍ਰਿਸਮਸ ਗਿਫਟ ਦਿਆਂਗਾ ਪੜ੍ਹਨ ਲਈ, ਹੈ ਨਾ। ਔਰ ਦਿਸ ਮੈਨੂੰ ਸੰਗ ਵੀ ਆਉਂਦੀ ਹੈ, ਪਰ ਸੱਚ ਤੋਂ ਆਪਾਂ ਭੱਜ ਨਹੀਂ ਸਕਦੇ, ਵੀ ਹੈਵ ਟੂ ਲਰਨ ਟੂ ਐਕਸੈਪਟ। ਤੁਹਾਡਾ ਨਾਵਲ ਜਿਹੜਾ ਡੋਜੀ ਟੇਲ ਡਰਾਈਵ, ਬਹੁਤ ਮਸ਼ਹੂਰ ਆਪਣੇ ਕਿਸਮ ਦਾ ਨਾਵਲ ਆ, ਉਹਦੇ ਵਿੱਚ ਬਹੁਤ ਦਰਸ਼ਕ ਜਿਹੜੇ ਮੈਂ ਉਹਨਾਂ ਦੇ ਨਾਲ ਗੱਲ ਕਰ ਰਿਹਾ ਕਿ ਉਹ ਨਾਵਲ ਮੈਨੂੰ ਲੱਗਦਾ ਜ਼ਰੂਰ ਪੜ੍ਹਨਾ ਚਾਹੀਦਾ, ਔਰਤ ਮਰਦ ਦੇ ਸੰਬੰਧਾਂ ਨੂੰ ਔਰ ਜ਼ਿੰਦਗੀ ਦੇ ਫਲਸਫੇ ਨੂੰ ਸਮਝਣ ਦੇ ਲਈ। ਕੁਛ ਦੋਸਤ ਇਕੱਠੇ ਹੋ ਕੇ ਇੱਕ ਥਾਂ 'ਤੇ ਬੈਠੇ ਆ, ਆਪਣੇ ਆਪਣੇ ਜ਼ਿੰਦਗੀ ਦੇ ਔਰਤਾਂ ਪ੍ਰਤੀ ਤਜਰਬੇ ਜਿਹੜੇ ਖਾਸ ਤੌਰ 'ਤੇ ਉਹ ਸਾਂਝੇ ਕਰਦੇ ਆ ਇੱਕ ਦੂਜੇ ਨਾਲ, ਉਹ ਬੜੀ ਫਿਲੋਸਫੀਕਲ ਉਹਦੇ ਵਿੱਚ ਗੱਲਾਂ ਜ਼ਰੂਰ ਪੜ੍ਹਨਾ ਚਾਹੀਦਾ। ਮਤਲਬ ਉਹ ਆਮ ਤੌਰ 'ਤੇ ਇਹਨਾਂ ਵਿਸ਼ਿਆਂ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ ਸਾਡੇ ਸਮਾਜ ਦੇ ਵਿੱਚ। ਇਹ ਤਾਂ ਚੱਲਦਾ ਕਿ ਜਿਹੜਾ ਕਿਸੇ ਦਾ ਕਿਸੇ ਨਾਲ ਅਫੇਅਰ ਆ, ਵਿਆਹ ਤੋਂ ਪਹਿਲਾਂ ਸੀ, ਬਾਅਦ ਦੇ ਵਿੱਚ, ਪਰ ਉਹਨੂੰ ਖੁੱਲ੍ਹ ਕੇ ਇਸ ਰੂਪ ਦੇ ਵਿੱਚ ਲਿਆਉਣਾ ਅਤੇ ਉਹ ਵੀ ਇੱਕ ਵੱਖਰੇ ਜਿਹੇ ਤਰੀਕੇ ਦੇ ਨਾਲ, ਉਹਦਾ ਮਤਲਬ ਜਨਮ ਕਿਸ ਤਰ੍ਹਾਂ ਹੋਇਆ ਉਹ ਨਾਵਲ ਦਾ? ਚੱਕਰ ਇਹ ਜੋ ਦੁਨੀਆ ਕਰਦੀ ਮੈਂ ਉਹ ਨਹੀਂ ਕਰਦਾ। ਮੈਂ ਮੁਹੰਮਦ ਸਦੀਕ ਸਾਹਿਬ ਦਾ ਅਖਾੜੇ ਨਹੀਂ ਲਾਉਂਦਾ, ਕਿਹਦੀ ਮੈਂ ਜਗਜੀਤ ਹੋਣਾ ਵਰਗੇ ਬੰਦਿਆਂ ਨੂੰ ਤੁਸੀਂ ਮੇਰੇ ਆਈਡੀਓਲੋਜੀ ਸਮਝ। ਮੈਂ ਸੁਰਿੰਦਰ ਕੌਰ ਨੂੰ ਸਾਰੀ ਰਾਤ ਸੁਣ ਸਕਦਾ, ਮੈਂ ਰੇਸ਼ਮਾ ਨੂੰ ਸੁਣ ਸਕਦਾ, ਮੈਂ ਸ਼ੌਕ ਸਾਹਿਬ ਨੂੰ ਸੁਣ ਸਕਦਾ, ਬਾਬਾ ਬਖਤੌਰਾ ਵੀ ਸੁਣ ਸਕਦਾ, ਮੇਰੀ ਸੀਮਾ ਬਿਲਕੁਲ ਸੀਮਤ ਨਹੀਂ। ਇਵੇਂ ਹੀ ਜਿਹੜੀ ਮੇਰੀ ਸੋਚ ਵੀ ਹੈ ਨਾ, ਉਹਦੇ 'ਤੇ ਪੱਛਮੀ ਸਭਿਅਤਾ ਤਾਂ ਕਾਫੀ ਰੰਗ, ਕਿਉਂਕਿ ਮੈਂ ਤਾਂ 16-17 ਸਾਲ ਦਾ ਸੀ, ਇੰਗਲੈਂਡ ਆ ਗਿਆ ਸੀ, ਅਤੇ ਉਹਦੇ ਨਾਲ ਜਿਹੜੀ ਤੁਹਾਡੀ ਆਹ ਸੀ ਨਾ ਦੇਖਣ ਦਾ ਨਜ਼ਰੀਆ, ਉਹ ਇੰਝ ਖੁੱਲ੍ਹ ਜਾਂਦਾ। ਤੁਹਾਡੇ ਫਾਦਰ ਸਾਹਿਬ ਨੇ ਕਦੀ ਤੁਹਾਡੀ ਮਾਂ ਨੂੰ ਕਿਹਾ ਵੀ, ਜੋ ਵੀ ਉਹਨਾਂ ਦਾ ਨਾਂ ਸੀ, ਵੀ ਆਈ ਲਵ ਯੂ, ਤੁਸੀਂ ਕਦੀ ਸੁਣਿਆ ਘਰ 'ਚ? ਬਿਲਕੁਲ। ਉਹਨਾਂ ਦੀ ਇੱਕ ਹੋਰ ਸਲੀਕਾ ਆਉਂਦਾ ਸੀ, ਮੇਰੀ ਮਾਂ ਨਾਲ ਗੁਰਬਖਸ਼, ਮੇਰੇ ਫਾਦਰ ਸਾਹਿਬ ਨੇ ਕਹਿਣਾ ਗੁਰਬਖਸ਼ ਅੱਜ ਸਬਜ਼ੀ ਬੜੀ ਸਵਾਦ ਬਣਾਈ। ਦਿਸ ਇਜ਼ ਵਨ ਵੇ ਆਫ ਕੰਪਲੀਮੈਂਟਿੰਗ, ਆ ਜਾਂ ਤੇਰਾ ਸੂਟ ਤੈਨੂੰ ਬੜਾ ਸੋਹਣਾ ਲੱਗਦਾ, ਕਿਉਂਕਿ ਆਈ ਲਵ ਯੂ ਕਹਿਣਾ ਸਾਨੂੰ ਚੁੱਪਦਾ ਸੀ। ਤੁਸੀਂ ਸਮਝ, ਅਸੀਂ ਆਪਣੀ ਬੱਚੀ ਨੂੰ ਵੀ ਘਰਾਂ 'ਚ ਵੀ ਆਪਣੀ ਮਾਂ ਵੀ ਕਹਿੰਦੀ ਹੈ ਮੇਰਾ ਲੱਡੂ ਪੁੱਤ ਕਹਿ ਦੂਗੀ, ਪਰ ਮੈਂ ਆਈ ਲਵ ਯੂ ਨਹੀਂ ਕਹਿੰਦੀ, ਉਹ ਵੀ ਹੁਣ ਕਹਿਣ ਲੱਗ ਪਈ। ਅਤੇ ਮੈਂ ਆਈ ਲਵ ਯੂ ਖੁੱਲ੍ਹ ਕੇ ਗਿਆ। ਮੈਂ ਕਹਿੰਦਾ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੈ, ਉਹ ਉਹਨਾਂ ਛੋਟੀਆਂ ਛੋਟੀਆਂ ਕਹਾਣੀਆਂ 'ਚ ਬਹੁਤ ਵੱਡੇ ਸਬਕ ਨੇ। ਜੇ ਤੁਸੀਂ ਉਹਦਾ ਪਿਛੋਕੜ ਦੇਖੋ, ਇੱਕ ਚੈਪਟਰ 'ਚ ਇੱਕ, ਅਤੇ ਦੂਜਾ ਚੈਪਟਰ 100 ਵਾਰ। ਦੂਸਰੀ ਜਿਹੜੀ ਹੈ ਨਾ, ਸਾਡੀ ਔਰਤ ਮਰਦ ਦੇ ਰਿਸ਼ਤੇ ਨੂੰ ਹਮੇਸ਼ਾ ਗਲਤ ਨਜ਼ਰ ਨਾਲ ਵੇਖਿਆ ਜਾਂਦਾ। ਜਿਹੜੀਆਂ ਸਾਡੀਆਂ ਫਰੈਂਡਸ, ਆਪਾਂ ਗਰਲਫ੍ਰੈਂਡ ਤਾਂ ਹੋਵੇ, ਗਰਲਫ੍ਰੈਂਡ ਕਹਿ ਦਈਦਾ, ਜਿਹੜੀਆਂ ਔਰਤਾਂ ਫਰੈਂਡ ਹੁੰਦੀਆਂ ਨੇ ਉਹ ਸਿਰਫ ਫਰੈਂਡਸ ਹੁੰਦੀਆਂ ਨੇ। ਮੈਂ ਹੇਅਰਡਰੈਸਿੰਗ 'ਚ ਕੰਮ ਕੀਤਾ ਇੰਗਲੈਂਡ, 7-8 ਕੁੜੀਆਂ ਅਸੀਂ ਇਕੱਠਿਆਂ ਨੇ ਲੰਚ ਕਰਨ ਜਾਣਾ, ਇੱਕ ਦਿਨ ਮਹੀਨੇ 'ਚ ਬੀਰਾਂ ਬੂਰਾਂ ਪੀਣੇ ਵੀ ਜਾਣਾ। ਦੇ ਵਰ ਨੋਟ ਮਾਈ ਗਰਲਫ੍ਰੈਂਡ, ਦੇ ਵਰ ਫਰੈਂਡ, ਉਹਨਾਂ ਦੀ ਆਪਣੇ ਵਿਆਹੀਆਂ ਸੀ, ਛੜੀਆਂ ਸੀ, ਕੋਈ ਬੋਏਫ੍ਰੈਂਡ, ਵੀ ਵਰ ਫਰੈਂਡਸ। ਇਹ ਚੀਜ਼ ਆਪਣੀ ਸੱਭਿਅਤਾ 'ਚ ਨਹੀਂ ਹੈ। ਮੁੰਡੇ ਕੁੜੀਆਂ ਹਾਈ ਸਕੂਲ ਦੇ ਜਾਂ ਕਾਲਜ ਦੇ, ਵੀ ਕਾਲਜ ਦੇ ਨਾਲ ਥੋੜ੍ਹੀ ਬਹੁਤੀ ਗੱਲ ਕਰ ਲੈਂਦੇ, ਉਹ ਅਸੀਂ ਦੇ ਨਹੀਂ ਸਕੇ, ਸਮਝਾ ਨਹੀਂ ਸਕੇ ਕਿ ਯਾਰ ਔਰਤ ਹੋਊਗਾ ਨਹੀਂ, ਮਰਦ ਹੋਊਗਾ ਨਹੀਂ, ਯੂ ਕੈਨ ਬੀ ਫਰੈਂਡਸ। ਦੋਨੋਂ 'ਚ ਉਪਜੀਆਂ ਖਾਣਾ ਪਹਿਲਾਂ ਦਾ ਇਹਦਾ ਮੁੰਡੇ ਦਾ ਟਾਈਟਲ ਗੁਰਮੁਖੀ 'ਚ ਲਿਖਦਾ ਲਿਖਣਾ ਸੀ, ਕੀ ਬਣਦਾ ਕੁੱਤੇ ਦੀ ਪੂਛ। ਬਿਲਕੁਲ, ਜੇ ਮੈਂ ਉੱਤੇ ਕੁੱਤੇ ਦੀ ਪੂਛ ਲਿਖੇ ਹੇੜਾ ਇਕਬਾਲ ਮਾਂ ਲਿਖਦਾ, ਕੀ ਗੱਲ ਬਣਨੀ ਸੀ। ਉਸ ਨੂੰ ਅਵੋਇਡ ਕਰਨ ਲਈ ਕਹਾਣੀ ਮੈਂ ਕਹਿਣੀ ਸੀ ਕੁੱਤੇ ਦੀ ਪੂਛ, ਮੈਨੂੰ ਅੰਗਰੇਜ਼ੀ 'ਚ ਲਿਖਦਾ, ਹੁਣ ਲੋਕਾਂ ਨੂੰ ਚੁੱਭਦਾ ਨਹੀਂ। ਇਹੀ ਸਾਹਿਤ ਹੈ ਸ਼ਾਇਦ, ਹੈਂਜੀ, ਇਹੀ ਸਾਹਿਤ ਦੀ ਕਲਾਕਾਰੀ ਹੈ। ਜੇ ਮੈਂ ਸੱਚੀ ਦੱਸੋ, ਤੁਸੀਂ ਸਿਆਣੇ ਹੁਣ, ਡੋਗੀ ਟੇਲ ਤੁਹਾਨੂੰ ਵੀ ਨਹੀਂ ਰੜਕਦਾ? ਨਹੀਂ ਰੜਕਦਾ। ਜਦ ਤੁਸੀਂ ਉਹ ਨਾਵਲ ਪੜ੍ਹਦੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਕੁੱਤੇ ਦੀ ਪੂਛ ਹੁੰਦਾ ਕੀ ਆ, ਹੁੰਦਾ ਨਾ? ਬਿਲਕੁਲ ਬਿਲਕੁਲ ਬਿਲਕੁਲ। ਉਹ ਮੇਰੀ ਕੋਈ ਸਿਆਣਪ ਨਹੀਂ, ਮੈਂ ਥੋੜ੍ਹਾ ਜਿਹਾ ਐਵੇਂ ਹਾਂ।
ठीक ठाक है जी नहीं पर बिल्कुल जी इस विषय के उत्ते गल हुई है बहुत बहुत कमाल की गल है मैं निजी तौर पर जो समझदा इन क्योंकि खास तौर पर जी मैनू जी कमाल की गल लगती है ज एक बंदे दे मन दे विच औरत प्रति एक जी खिच है वह सदा ही बरकरार रही है ज विरोधी लिंग प्रति खिच रही है तुसीं जिन्ना मर्जी कही जाओ तुहाडा मन कित्थे की कर रहा है किसे नूं नहीं पता होंदा और उहदे विच कमाल की गल जो करैक्टर मैनूं ना भुल गया उहदा उह जदों एक औरत नूं उहदे नाल संपर्क दे विच आउंदी आ उह उहनूं इंप्रैस करन दी कोशिश करदा ਗੱਲਾਂ ਗੱਲਾਂ ਦੇ ਵਿੱਚ ਵੀ ਮੈਂ ਅਲਟੀਮੇਟਲੀ ਇਹਦੇ ਨਾਲ ਇੱਕ ਹੱਦ ਤੱਕ ਜਾਊਂਗਾ ਅਤੇ ਔਰਤ ਉਹਨੂੰ ਪਹਿਲਾਂ ਹੀ ਔਫਰ ਕਰ ਦਿੰਦੀ ਹੈ ਵੀ ਆਪਾਂ ਗੱਲਬਾਤ ਕਰਨੀ ਜੇ ਤੂੰ ਆਹ ਕਰਨਾ ਚਾਹੁੰਦਾ ਪਹਿਲਾਂ ਇਹ ਕਰ ਲਾ ਤਾਂ ਫਿਰ ਗੱਲਬਾਤ ਕਰ ਲੈ ਬੰਦੇ ਦੀ ਜਿਹੜੀ ਸੀਮਾ ਹੀ ਉੱਥੇ ਤੱਕ ਆ ਉਹ ਸੋਚ ਹੀ ਉੱਥੇ ਤੱਕ ਰਹੇ ਜਾਣਦੇ ਕੁਛ ਹਾਂ ਇਹ ਚੱਕ ਦੇ ਫੱਟੇ ਸਾਲਿਆ ਚੱਕ ਦੇ ਫੱਟੇ ਕੀ ਹੁੰਦਾ ਜੀ ਜੀ ਤੁਸੀਂ ਔਰਤ ਦੇ ਜਿਸਮ ਤਾਂ ਜਾ ਸਕਦੇ ਹੋ ਜਦ ਤਾਈਂ ਉਹਦੇ ਮਨ ਦੇ ਅੰਦਰ ਨਹੀਂ ਉਤਰਦੇ ਉਹ ਸੰਪੂਰਨ ਔਰਤ ਨਹੀਂ ਬਣਦੀ ਨਾ ਤੁਸੀਂ ਸੰਪੂਰਨ ਮਰਦ ਜੀ ਬਿਲਕੁਲ ਇਹ ਮੇਰੇ ਨਾਵਲ ਨੂੰ ਸਭ ਤੋਂ ਵੱਧ ਲੇਡੀਜ਼ ਨੇ ਲਾਈਕ ਕੀਤਾ ਉਹ ਮੈਨੂੰ ਹੱਸਦੀ ਇੱਥੇ ਮੇਰੀ ਭੈਣ ਜੀ ਇੰਦਰਜੀਤ ਉਹਨੇ ਆਰਟੀਕਲ ਵੀ ਲਿਖਿਆ ਹੈ ਉਹ ਕਹਿੰਦੇ ਵੀ ਯਾਰ ਤੂੰ ਇੰਨੇ ਔਰਤ ਦੀ ਸਾਇਕੀ ਸਮਝਣਾ ਕਿਸੇ ਦੇ ਜਿਸਮ ਤੁਸੀਂ ਛੋਹ ਸਕਦੇ ਹੋ ਉਹਨਾਂ ਜੋ ਮਰਜ਼ੀ ਕਰ ਸਕਦੇ ਹੋ ਪਰ ਅਸਲੀ ਤਾਂ ਮਾਨਣਾ ਉਹਦੀ ਰੂਹ ਨੂੰ ਹੈ ਉਹਦੇ 'ਚ ਇੱਕ ਕਰੈਕਟਰ ਹੈ ਸੁਹਾਣੀ ਦਾ ਜਿਹੜੀ ਉਹਨੂੰ ਕਹਿੰਦੀ ਵੀ ਦੌੜ ਜਾ ਇੱਥੇ ਕੋਈ ਆ ਜਾਣਗੇ ਉਹ ਜਿੰਦੀ ਮਿਸਾਲ ਹੈ ਇਸ ਗੱਲ ਦੀ ਮਾਨਣ ਦੀ ਵੀ ਨਹੀਂ ਯਾਰ ਤੂੰ ਜਾ ਬਿਲਕੁਲ ਉਹਦੀ ਡੈਥ ਵੀ ਹੋ ਗਈ ਅੱਛਾ ਕਈ ਮੈਂ ਕਰੈਕਟਰ ਦੁਨੀਆ ਆਲੇ ਦੁਆਲੇ ਤੋਂ ਲਏ ਨੇ ਜਿਹਨਾਂ ਨੂੰ ਮੈਂ ਜਾਣਦਾ ਕਈ ਨਾਮ ਆਪਣੀ ਮਰਜ਼ੀ ਦੇ ਚੁਣੇ ਨੇ ਹੁਣ ਨਦੀਮ ਉਹਦੇ 'ਚ ਇੱਕ ਕਰੈਕਟਰ ਦਾ ਨਾਂ ਨਦੀਮ ਕੋਈ ਨਾਮ ਬੰਦੇ ਦਾ ਨਹੀਂ ਮੇਰੇ ਦੋਸਤ ਨੇ ਨਦੀਮ ਸਾਹਿਬ ਅਤੇ ਮੈਂ ਉਹਨਾਂ ਦਾ ਨਾਮ ਵਰਤ ਲਿਆ ਇੱਕ ਬਾਰ ਰਾਮੂ ਵਾਲੀ ਆ ਨਾ ਮੈਂ ਉਹਦਾ ਨਾਂ ਸੀ ਪਾਲੀ ਉਹਨੂੰ ਬਾਲੀਗਲ ਕਹਿੰਦੇ ਸੀ ਮੈਂ ਉਹਦਾ ਨਾਂ ਰੱਖ ਲਿਆ ਪਾਲੀਗਲ ਸੁਰਿੰਦਰ ਧੰਜਲ ਦਾ ਰਜਿੰਦਰ ਧੰਜਲ ਇਹਨਾਂ ਦੀ ਕੋਈ ਕਹਾਣੀ ਨਹੀਂ ਮੈਂ ਜਦੋਂ ਉਹ ਜਿੱਦਾਂ ਨਹੀਂ ਹੁੰਦਾ ਸੋਭਾ ਸਿੰਘ ਨੇ ਪੇਂਟਿੰਗ ਕੀਤੀ ਗੁਰੂਆਂ ਦੀ ਅਤੇ ਜਦ ਮੈਂ ਉਹ ਕਰੈਕਟਰ ਸੀ ਮੈਨੂੰ ਉਹਦੇ 'ਚੋਂ ਇਕਬਾਲ ਰਾਮੂ ਵਾਲੇ ਝਲਕਦੀ ਸੀ ਅਤੇ ਮੈਂ ਉਹਦਾ ਨਾਂ ਵਰਤ ਲਿਆ ਫਿਰ ਉਹਦੇ ਬੋਡੀ ਜੈਸਚਰ ਮੇਰੇ ਲਈ ਤਸੱਵਰ ਨਹੀਂ ਕਰਨ ਦੀ ਲੋੜ ਸੀ ਮੈਂ ਜਾਣਦਾ ਇਕਬਾਲ ਹੱਥ ਕਿੱਦਾਂ ਚੁੱਕਦਾ ਇਕਬਾਲ ਦੇ ਵਾਲ ਸਿਰ ਦੇ ਉੜ ਗਏ ਨੇ ਸੋ ਆ ਮਜ਼ਾਕ ਹੈ ਮੇਰਾ ਬਹੁਤ ਪਿਆਰੇ ਮਿੱਤਰ ਸੀ ਔਰ ਉਹ ਬੰਦਾ ਜਿਹਨੇ ਮੈਨੂੰ ਲਿਖਣਾ ਉਹਨਾਂ ਦੇ ਪਾਸੇ ਜਾ ਰਾਮਪੁਰੀ ਸਾਹਿਬ ਜੀ 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 ਗੁਰਚਰਨ ਰਾਮਪੁਰੀ ਸਾਹਿਬ ਉਹਨਾਂ ਨੇ ਮੈਥੋਂ ਇਸ ਪਾਸੇ ਤਾਂ ਮਤਲਬ ਸਾਹਿਬ ਇਹਦਾ ਤੁਸੀਂ ਇੰਨੇ ਸਾਲਾਂ ਤੋਂ ਟੀਵੀ ਦੇ ਥਰੂ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹਾਂ ਹੁਣ ਸਕੂਲਾਂ ਦੇ ਵਿੱਚ ਵੀ ਪੰਜਾਬੀ ਆ ਗਈ ਅਸੀਂ ਲੱਗ ਗਏ ਜੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਇੱਥੇ ਹੁਣ ਬੱਚਾ ਇੱਥੇ ਜਨਮ ਲੈ ਰਿਹਾ ਉਹ ਪੰਜਾਬੀ ਉਹਨੂੰ ਪਹਿਲਾਂ ਸਿਖਾਈਏ ਉਹਦੀ ਮਾਂ ਬੋਲੀ ਅੰਗਰੇਜ਼ੀ ਆ ਜਾਂ ਉਹ ਪੰਜਾਬੀ ਨਾਲ ਕਿਸ ਪੱਧਰ 'ਤੇ ਜੁੜੂਗਾ ਉਹ ਮਤਲਬ ਸਵਾਲ ਕਰਦਾ ਮੈਂ ਕਿਉਂ ਪੰਜਾਬੀ ਸਿੱਖਾਂ ਮੈਂ ਸਵਾਲ ਕਰਦਾ ਦੋ ਮਿੰਟ ਲਾ ਇਹ ਡਿਪੈਂਡ ਕਰਦਾ ਤੁਹਾਡੀ ਇੱਛਾ ਕੀ ਹੈ ਮੈਂ ਪੰਜਾਬੀ ਮੀਡੀਆ 'ਚ ਸੀ ਮੇਰੀ ਇੱਛਾ ਸੀ ਮੇਰੀ ਧੀ ਪੰਜਾਬੀ ਸੁਖਾਲੀ ਬੋਲੇ ਬੱਚੀ ਨੇ 5 ਸਾਲ ਦੀ ਨੇ ਸਕੂਲ ਜਾਣਾ ਉਹ ਤੋਂ ਪਹਿਲਾਂ ਘਰੇ ਰਹਿੰਦੀ ਹੈ ਉਹ 100% ਪੰਜਾਬੀ ਬੋਲਦੇ ਸੀ ਅੱਛਾ ਜੀ ਕੋਈ ਅੰਗਰੇਜ਼ੀ ਨਾ ਮਾੜੀ ਮੋਟੀ ਦੇਖ ਲੈਂਦੇ ਕਾਰਟੂਨਰਾ ਵਗੈਰਾ ਜਦੋਂ ਸਕੂਲੇ ਗਏ ਉਹਨੂੰ ਦਿੱਕਤ ਆਈ ਕਿਉਂਕਿ ਉੱਥੇ ABC ਸ਼ੁਰੂ ਹੋਣਾ ਸੀ ਉਹਨਾਂ ਨੇ ਫਿਰ ਇੰਗਲਿਸ਼ ਐਜ਼ ਏ ਸੈਕੰਡ ਲੈਂਗੁਏਜ ਸਟੂਡੈਂਟ 'ਚ ਉਹਨੂੰ ਭਰਤੀ ਕੀਤਾ ਵੀ ਅੰਗਰੇਜ਼ੀ ਉਹ ਜਿਹੜੇ ਉਹ 'ਚ ਰਹੀ 6 ਮਹੀਨੇ ਸਾਲ ਉਹ ਪਿੱਕ ਕਰ ਗਈ ਉਹਦੀ ਪੜ੍ਹਾਈ ਨੂੰ ਨੁਕਸਾਨ ਨਹੀਂ ਹੋਇਆ ਕਿਉਂਕਿ ਵਾਤਾਵਰਣ ਅੰਗਰੇਜ਼ਾਂ ਦਾ ਪਰ ਉਹਦੀ ਬੁਨਿਆਦ ਪੰਜਾਬੀ ਦੀ ਰੱਖੀ ਗਈ ਜਦੋਂ ਉਹ 5th 4th 5th 5th 'ਚ ਹੋਈ ਤਾਂ ਮੈਂ ਉਹਨੂੰ ਪਿਆਨੋ ਸਿੱਖਣ ਲੱਗਾ ਹੈ ਅੱਛਾ ਜੀ ਪਿਆਨੋ ਸਿੱਖਿਆ 8th 'ਚ ਉਹ ਫਲੂਐਂਟਲੀ ਵਜਾਉਂਦੇ ਸੀ ਕੋਈ ਫਿਲਮ ਦੇਖ ਕੇ ਆਈ ਉਹਦਾ ਗਾਣਾ ਹੋਇਆ ਸ਼ਿਲਸਟ ਐਂਡ ਪਲੇ ਜਿੱਦਾਂ ਕਹਿੰਦੇ ਗਾਣਾ ਕੱਢ ਲੈਂਦੀ ਸੀ ਜਦੋਂ 8th 'ਚ ਹੋਈ ਮੈਂ ਕਿਹਾ ਪੁੱਤ ਸਾਡੇ ਹੁਣ ਪੰਜਾਬੀ ਦੀਆਂ ਕਲਾਸਾਂ ਨੇ ਤੂੰ ਅਟੈਂਡ ਕਰ ਲੈ ਉਹ ਕਹਿੰਦੀ ਵੀ ਡੈਡ ਇੱਕ ਕੰਮ ਹੋਊਗਾ ਜਾਂ ਤਾਂ ਪਿਆਨੋ ਵੱਜੂਗਾ ਅਤੇ ਜਾਂ ਹੋਊਗਾ ਆਈ ਵਾਂਟ ਸਲੀਪ ਵਨ ਡੇ ਬੱਚੇ ਸਾਰੇ ਸੋਣਾ ਮੰਗਦੇ ਨੇ ਮੈਂ ਕਿਹਾ ਵੀ ਪਿਆਨੋ ਵਾਲਾ ਕੰਮ ਰਹਿਣ ਦੇ ਪੰਜਾਬੀ ਸਿੱਖੋ ਨੇ ਫਿਰ 4 ਸਾਲ ਰੈਗੂਲਰ ਪੰਜਾਬੀ ਪੜ੍ਹੀ ਉਹਨੇ 12th ਜਮਾਤਾਂ ਗੁਰੂ ਪੰਜਾਬੀ ਦੀਆਂ ਕੀਤੀਆਂ ਨੇ ਲਿਖ ਲੈਂਦੀ ਹੈ ਪੜ੍ਹ ਫਲੂਐਂਟਲੀ ਲੈਂਦੀ ਹੈ ਲਿਖਣੀ ਥੋੜ੍ਹੀ ਸਲੋ ਹੈ ਕਿਉਂਕਿ ਅਭਿਆਸ ਨੇ ਅਭਿਆਸ ਨੇ ਬਾਕੀ ਉਹ ਹਿੰਦੁਸਤਾਨ ਗਈ ਕਿ ਉਹ ਬੋਰਡ ਦੇ ਅੱਖਰ ਲਿਖੇ ਸੀ ਉਹ ਕਹਿੰਦੀ ਇਹ ਗਲਤ ਸਪੈਲਿੰਗ ਕੀਤੇ ਵਾ ਉਹ ਬੜੀ ਕਨੇਡਾ ਦੀ ਹੈ ਮੇਰੀ ਵਾਈਫ ਨਾ ਉਹਦੇ ਹੋਸਟਲ 'ਚ ਗਏ ਖਾਲਸਾ ਕਾਲਜ ਮੇਰੀ ਵਾਈਫ ਪੜ੍ਹੀ ਹੈ ਲੁਧਿਆਣੇ ਅੱਛਾ ਅਤੇ ਜਿਹੜੀ ਉਹਦੀ ਕੈਂਟੀਨ ਸੀ ਜਿਹੜੇ ਉਹ ਹੁੰਦੇ ਨਹੀਂ ਠੇਕੇਦਾਰ ਪੰਡਿਤ ਜੀ ਉਹਨੇ ਕਿਹਾ ਬੀਬੀ ਇੰਨੇ ਸਾਲ ਹੋ ਗਿਆ ਦਿਸੀ ਨਹੀਂ ਉਹ ਕਹਿੰਦੇ ਪੰਡਿਤ ਜੀ ਮੈਂ ਕਨੇਡਾ ਰਹਿੰਦੀ ਅੱਛਾ ਅੱਛਾ ਬਾਲ ਬੱਚੇ ਮੇਰੀ ਕੁੜੀ ਵੱਲੋਂ ਕਹਿੰਦਾ ਇਹ ਮੇਰੀ ਗੁੱਡੀ ਹੈ ਹੁਣ ਮੇਰੀ ਕੁੜੀ ਨੇ ਦੇਸੀ ਜੁੱਤੀ ਪਾਈ ਆ ਸੂਟ ਪਾਇਆ ਪੰਜਾਬੀ ਚੁੱਪ ਕਰਕੇ ਗੁੱਤ ਕੀਤੀ ਉਹ ਕਹਿੰਦਾ ਭਾਈ ਇਹਨੇ ਵੀ ਕਨੇਡਾ ਲਿਜਾਣਾ ਸੀ ਜਦੋਂ ਬੱਚੇ ਦੇ ਅੰਦਰ ਤੁਸੀਂ ਸੈਲਫ ਕੌਨਫੀਡੈਂਸ ਭਰ ਦਿੰਦੇ ਹੋ ਕਿ ਯਾਰ ਜਿਹੜੀ ਸਾਰੀ ਹੈਰੀਟੇਜ ਹੈ ਉਹ ਵੀ ਵੈਲਿਊਬਲ ਹੈ
ਜਦ ਉਹਨੂੰ ਸੂਟ ਦੀ ਲੋੜ ਹੁੰਦੀ ਉਹ ਸੂਟ ਪਾ ਲੈਂਦੀ, ਜਦ ਉਹਨੂੰ ਪੈਂਟ ਪਾਉਣੀ ਹੁੰਦੀ ਪੈਂਟ ਪਾ ਲੈਂਦੀ। ਸਾਡੀ ਧੀ ਨੇ ਉਹ ਦੋ ਚੀਜ਼ਾਂ ਬੈਲੈਂਸ ਕੀਤੀਆਂ ਜੀ। ਹਾਂਜੀ ਜੀ, ਬਹੁਤ ਬਹੁਤ ਕਮਾਲ ਦੀ ਗੱਲ ਹੈ। ਬਸ ਮੈਂ ਪਹਿਲਾ ਸਵਾਲ ਆਖਰੀ ਪੁੱਛਣ ਲੱਗਿਆ, ਆਖਰ ਦੇ ਵਿੱਚ ਪੁੱਛਣ ਲੱਗਿਆ, ਤੁਸੀਂ ਸਬੱਬ ਕਿੱਦਾਂ ਬਣਿਆ ਤੁਹਾਡਾ, ਕਿੱਦਾਂ ਬਾਹਰ ਆਏ ਅਤੇ ਇੰਗਲੈਂਡ ਤੋਂ ਫਿਰ ਕੈਨੇਡਾ ਕਿੱਦਾਂ ਆਏ? ਉਹ ਬੜੀ ਸੌਖੀ ਜਿਹੀ ਗੱਲ ਹੈ ਜੀ। ਮੇਰੇ ਫਾਦਰ ਸਾਹਿਬ 1962 'ਚ ਕੈਨੇਡਾ ਇੰਗਲੈਂਡ ਆ ਗਏ ਸੀ। ਪੰਜਾਬ ਕਿੱਥੇ ਸੀ ਤੁਸੀਂ ਪਹਿਲਾਂ? ਸਾਡਾ ਜੱਦੀ ਪਿੰਡ ਮਾਹਲਗਲ, ਪਰ ਅਸੀਂ ਰਹੇ ਉੱਧਰ ਪਟਿਆਲੇ ਵਾਲਾ ਮਾਹਲਗਲ, ਸ਼ਹੀਦ ਭਗਤ ਸਿੰਘ ਨਗਰ 'ਚ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਮਾਹਲਗਲ। ਹਾਂ ਹਾਂ, ਬੰਗਿਆਂ ਦੇ ਨਾਲ ਗੜਸ਼ੰਕਰ ਨੂੰ ਜਾਂਦੇ ਆ ਨਾ, ਨੌਰੇ ਦੇ ਨਾਲ ਹੀ ਬੱਕੀ। ਠੀਕ ਹੈ ਜੀ। ਪਰ ਸਾਡੀ ਫੈਮਿਲੀ ਇੱਥੇ 1950 ਤੋਂ ਜਾ ਚੁੱਕੀ। ਅਸੀਂ ਪਟਿਆਲੇ ਡਿਸਟ੍ਰਿਕਟ 'ਚ ਰਹੇ, ਰਾਜਪੁਰੇ ਦੇ ਲਾਗੇ। ਅੱਛਾ ਜੀ। ਅਸੀਂ ਉੱਥੇ ਪੜ੍ਹੇ ਹਾਂ। ਮੈਂ ਤਾਂ ਸਿਰਫ ਕੋਈ ਕਾਲਜ ਦੂਰ ਪੈਂਦਾ ਸੀ, 2 ਸਾਲ ਬੰਗੀ ਆ ਕੇ ਕਾਲਜ ਪੜ੍ਹੇ ਹਾਂ, ਤਾਂ ਪਾਪਾ ਜੀ ਫਿਰ ਇੰਗਲੈਂਡ ਆ ਚੁੱਕੇ ਸੀ, ਅਸੀਂ ਇੰਗਲੈਂਡ ਆ ਗਏ। ਮੈਂ ਉੱਥੇ ਪੜ੍ਹਿਆ ਵੀ ਹਾਂ, ਕੰਮ ਵੀ ਕੀਤਾ, ਅਤੇ 1968 'ਚ ਮੈਂ ਇਮੀਗ੍ਰੇਸ਼ਨ ਲੈ ਕੇ ਕੈਨੇਡਾ ਆ ਗਿਆ ਸੀ ਜੀ। ਮੈਂ ਵਿਜ਼ਟਰ ਨਹੀਂ ਸੀ ਆਇਆ, ਲੈ ਕੇ ਆਇਆ ਸੀ ਜੀ। ਜੀ, ਬਹੁਤ ਚੰਗੀ ਗੱਲ ਹੈ ਮਾਲ ਸਾਹਿਬ। ਵੈਸੇ ਤਾਂ ਤੁਹਾਨੂੰ ਲੋਕ ਦੇਖਦੇ ਆ ਹਮੇਸ਼ਾ, ਅੱਜ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ ਆਖਰ ਦੇ ਵਿੱਚ ਕੋਈ ਸੁਨੇਹਾ ਜੀ? ਮੇਰਾ ਸੁਨੇਹਾ ਇਹ ਹੈ, ਤੁਸੀਂ ਚਾਹੁੰਦੇ ਹੋ ਜੋ ਤੁਹਾਡੀ ਇੱਛਾ ਹੈ ਨਾ, ਅੱਜ ਮੇਰੇ ਬੱਚੇ ਅੱਛੇ ਹੋਣ, ਉਹਨਾਂ ਦੀਆਂ ਕਦਰਾਂ ਕੀਮਤਾਂ ਸਹੀ ਹੋਣ, ਸਾਡੇ ਘਰ 'ਚ ਬੋਲੀ ਦਾ, ਮਾਂ ਬੋਲੀ ਪ੍ਰਤੀ ਸੁਨੇਹ ਹੋਵੇ, ਉਹਦੀ ਜ਼ਿੰਮੇਵਾਰੀ ਪੇਰੈਂਟਸ 'ਤੇ ਆ। ਉਹ ਆਪਣੇ ਬੱਚਿਆਂ ਨਾਲ ਕਿੰਨਾ ਟਾਈਮ ਗੁਜ਼ਾਰਦੇ ਨੇ। ਮੈਨੂੰ ਪਤਾ ਤੁਸੀਂ ਵੱਡੇ ਵੱਡੇ ਕੋਠੇ ਛੱਤ ਲੈਣੇ, ਮਰਸੇਡੀਆਂ ਲੈ ਲਈਆਂ ਨੇ, ਬਿਜ਼ਨਸ ਵੀ ਹੋ ਗਏ ਨੇ, ਚੰਗੀ ਗੱਲ ਹੈ, ਤੁਸੀਂ ਮਿਹਨਤਾਂ ਨਾਲ ਬਣਾਇਆ, ਪਰ ਰੱਬ ਦਾ ਵਾਸਤਾ ਜਿਹੜੇ ਉਹ ਤੁਹਾਡੀ ਔਲਾਦ ਆ, ਉਹ ਸਭ ਤੋਂ ਵੱਡੀ ਜਾਇਦਾਦ ਉਹ ਆ ਜਿਹੜੀ ਤੁਹਾਡੇ ਜਾਣ ਪਿੱਛੋਂ ਤੁਹਾਡੇ ਵਾਰਸ ਨੇ, ਤੁਹਾਡਾ ਸਾਰਾ ਨਾਂ ਨਾਮੋ ਨਿਸ਼ਾਨ ਸਾਂਭਣਾ। ਅਤੇ ਉਹਨਾਂ ਨੂੰ ਅੱਛੀ ਸੇਧ ਦਿਓ, ਉਹਨਾਂ ਨੂੰ ਕਿਰਾਏ ਪਾਸੇ ਜਾਣ ਤੋਂ ਰੋਕੋ, ਉਹਨਾਂ ਦੇ ਲਈ ਤੁਸੀਂ ਖੁਦ ਇੱਕ ਐਸਾ ਸਿੰਬਲ ਬਣੋ ਕਿ ਦੇ ਲੁੱਕ ਅਪ ਟੂ ਯੂ, ਕਿ ਮੇਰੇ ਪੇਜ 'ਚ ਆਹ ਖਾਬੀ ਖੂਬੀ ਹੈ, ਮੇਰੀ ਮਾਂ ਆਹ ਕਰਦੀ ਹੈ। ਇਹ ਮੇਰਾ ਇਹੀ ਸੁਨੇਹਾ ਜੀ, ਬਾਕੀ ਕਰੋ ਨਾ ਕਰੋ ਇਹ ਤੁਹਾਡੀ ਮਰਜ਼ੀ ਆ। ਮੈਂ ਤਾਂ ਉਹ ਡੌਂਡੀ ਪਿੱਟਦਾ ਨਹੀਂ ਹੁੰਦਾ ਵੀ ਹਾਂਜੀ ਜਾਗੋ, ਜਾਗਦੇ ਰਹੋ ਚੌਕੀਦਾਰ, ਮੈਂ ਤਾਂ ਚੌਕੀਦਾਰ ਹਾਂ। ਮੇਰੇ ਨਾਲ ਜੋ ਵਾਪਰਿਆ ਬੜਾ ਪੋਜ਼ਿਟਿਵ ਵਾਪਰਿਆ, ਮੈਂ ਖੁਸ਼ਕਿਸਮਤ ਹਾਂ। ਮੈਂ ਇਕੱਲਾ ਨਹੀਂ, ਤੁਸੀਂ ਸਾਰੇ ਖੁਸ਼ਕਿਸਮਤ ਹੋ, ਆਪਾਂ ਕੈਨੇਡਾ ਆਏ ਹੋਏ ਭਾਈ। ਆਪਣੀ ਵਿਰਾਸਤ ਨੂੰ ਵੀ ਸਾਂਭੋ ਅਤੇ ਆਪਣੀ ਔਲਾਦ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰੋ। ਸ਼ੁਕਰੀਆ ਮਾਲ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ। ਦੋਸਤੋ, ਇਸ ਸਨ ਇਕਬਾਲ ਮਾਲ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ, ਬਹੁਤ ਸਾਰੀਆਂ ਗੱਲਾਂ ਅਸੀਂ ਇੱਕ ਬੜੇ ਆਮ ਜਿਹੇ ਤਰੀਕੇ ਦੇ ਵਿੱਚ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ। ਆਸ਼ਾ ਕਿ ਅਸੀਂ ਜ਼ਰੂਰ ਸਾਰੇ ਉਹਨਾਂ ਤੋਂ ਤਜਰਬੇ, ਉਹਨਾਂ ਦੇ ਅਨੁਭਵ ਤੋਂ ਕੁਛ ਨਾ ਕੁਛ ਜ਼ਰੂਰ ਸਿੱਖਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੀਂ ਸ਼ਖਸੀਅਤ ਦੇ ਨਾਲ। ਅਲਵਿਦਾ ਦੋਸਤੋ।